ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਅਜੇ ਪਾਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਅਸੀਂ ਹਰ ਬੁੱਧਵਾਰ ਵੀਕ ਦੇ ਹਰ ਬੁੱਧਵਾਰ ਪ੍ਰੋਗਰਾਮ ਲੈ ਕੇ ਆਉਂਦੇ ਆ ਸਾਡੇ ਮਸਲੇ ਸਾਡੇ ਹੱਲ ਤੇ ਜਿਸ ਦੇ ਵਿੱਚ ਸਾਡਾ ਸਾਥ ਦੇਣਗੇ ਦਲਜੀਤ ਸਿੰਘ ਜੀ ਅਤੇ ਹਰਜੀਤ ਸਿੰਘ ਲਸਾੜਾ ਜੀ ਤੇ ਆਓ ਸਭ ਤੋਂ ਪਹਿਲਾਂ ਆਪਾਂ ਕਰਦੇ ਆ ਉਹਨਾਂ ਦਾ ਸਵਾਗਤ ਦੋਵੇਂ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ ਦੇ ਵਿੱਚ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਤੇ ਜਾਂ ਕਹ ਲੋ ਕਿ ਦੇਵ ਸਾਹਿਬ ਦੇ ਸਟਾਈਲ ਦੇ ਵਿੱਚ ਨਿੱਗੀ ਜੀ ਆਇਆ ਦਰਸ਼ਕਾਂ ਨੂੰ ਅੱਜ ਦੱਸ ਦੇਣਾ ਚਾਹੁੰਦਾ ਕਿ ਤਕਰੀਬਨ ਇਹ ਪ੍ਰੋਗਰਾਮ ਦੇਵ ਸਿੱਧੂ ਜੀ ਕਰਦੇ ਹੁੰਦੇ ਨੇ ਹੋਸਟ ਤੇ ਪਰ ਅੱਜ ਉਹ ਕਿਸੇ ਕਾਰਨ ਕਰਕੇ ਆ ਨਹੀਂ ਸਕੇ ਸੋ ਮੈਂ ਕੋਸ਼ਿਸ਼ ਕਰੂੰਗਾ ਕਿ ਉਹਨਾਂ ਦੇ ਵੰਡੇ ਹਾਜ਼ਰੀ ਲਵਾਵਾਂ ਤੇ ਲਸਾੜਾ ਸਾਹਿਬ ਕਿੱਦਾਂ ਫਿਰ ਕੀ ਹਾਲ ਚਾਲ ਨੇ ਠੀਕ ਹੋ ਬਸ ਵਧੀਆ ਜੀ ਮਸ਼ਹੂਰ ਜਿਹੜਾ ਮੀਂਹ ਦੇ ਵਿੱਚ ਠੀਕ ਹੈ ਜਿਹੜਾ ਮੀਂਹ ਪਿਆ ਤੁਹਾਡੀ ਢਾਈ ਪਵਾਰੀ ਲੱਗਦਾ ਜੀ ਬਿਲਕੁਲ ਜੀ ਮੀਨੇ ਕਾਫੀ ਜ਼ਿਆਦਾ ਰੌਣਕਾਂ ਮੈਂ ਤਾਂ ਇਹ ਕੰਮ ਵੀ ਰੌਣਕਾਂ ਲਾਈਆਂ ਹੋਈਆਂ ਨੇ ਇਦਾਂ ਲੱਗਦਾ ਕਿ ਬਹੁਤ ਇਹ ਨਾ ਮਸ਼ਰੂਫ ਜੇ ਹੋਏ ਪਏ ਆ ਹਾਂਜੀ ਹਾਂਜੀ ਹਾਂ ਤੇ ਚਲੋ ਹਜੇ 2-4 ਦਿਨ ਹੋਰ ਹਜੇ ਮੀਂਹ ਚੱਲਣਾ ਆ ਜੀ ਜੀ ਤੇ ਆਜੋ ਫਿਰ ਆਪਾਂ ਕੁਝ ਆ ਖੋਲ ਖਲਈਆ ਕਰੀਏ ਆਪਣੇ ਸਿਆਸੀ ਹਾਲ ਚਲ ਦਾ ਜੀ ਬਿਲਕੁਲ ਤੇ ਮੈਂ ਸਭ ਤੋਂ ਪਹਿਲਾਂ ਸਟਾਰਟ ਕਰਨਾ ਚਾਹੁੰਗਾ ਦਿਲਜੀਤ ਜੀ ਹੁਣੋਂ ਤੋਂ ਜੀ ਦਿਲਜੀਤ ਜੀ ਆਪਾਂ ਗੱਲ ਕਰਦੇ ਆ ਵਿਕਰਮਜੀਤ ਮਜੀਠੀਆ ਦੀ ਅਕਾਲੀ ਦਲ ਦੇ ਬੜੇ ਕਹਿ ਲਓ ਕਿ ਸਿਰ ਕੱਢਵੇਂ ਆਗੂ ਸੀਗੇ ਜਾਂ ਇਹ ਵੀ ਕਹਿ ਲਓ ਪਰ ਹੁਣ ਖੈਰ ਉਹ ਜੇਲ੍ਹ ਦੇ ਵਿੱਚ ਨੇ ਤੇ ਕਹਿੰਦੇ ਕਿ ਉਹਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਥੋੜੀਆਂ ਜੀਆਂ ਸੁਪਰੀਮ ਕੋਰਟ ਨੇ ਕੋਈ ਪਟੀਸ਼ਨ ਉਹਨਾਂ ਦੀ ਰੱਦ ਕਰਤੀ ਆ ਬੇਲ ਵਾਲੀ ਤੇ ਪਾਉਂਗੇ ਮੜਾ ਚੰਨਣਾ ਕੀ ਕਾਰਨ ਹੋਇ ਕਿ ਉਹਨਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਦੇਖੋ ਮੁਸ਼ਕਲਾਂ ਲਗਾਤਾਰ ਹੀ ਅਕਾਲੀ ਦਲ ਦੀਆਂ ਕਹਿ ਲਓ ਕਿ ਬਿਕਰਮ ਸਿੰਘ ਮਜੀਠੀਆ ਮਾਝੇ ਦੇ ਜਰਨੈਲ ਵੀ ਇਹਨਾਂ ਨੂੰ ਕਿਹਾ ਜਾਂਦਾ ਸੀ ਜੀ ਤੇ ਕਾਫੀ ਇਹਨਾਂ ਦੇ ਉੱਤੇ ਪ੍ਰੈਸ਼ਰ ਵੀ ਕਹਿ ਲਓ ਕਿ ਇਲੈਕਸ਼ਨ ਦੇ ਵਿੱਚ ਵੀ ਕਾਫੀ ਪ੍ਰੈਸ਼ਰ ਸੀਗਾ ਇਸੇ ਕੇਸ ਦਾ ਕੇਸ ਜਿਹੜਾ ਕਿ ਚੰਨੀ ਸਰਕਾਰ ਨੇ 2021 ਦਾ ਜਿਹੜਾ ਦਸੰਬਰ ਮਹੀਨਾ ਸੀ ਉਹਦੇ ਵਿੱਚ ਇਹਦੇ ਉੱਤੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਤੁਹਾਨੂੰ ਯਾਦ ਹੋਣਾ ਇੱਕ ਟੀਮ ਬਣਾਈ ਸੀ ਜੀ ਉਹਦੇ ਵਿੱਚ ਇਹ ਕੇਸ ਪਾਇਆ ਗਿਆ ਸੀ ਤਾਂ ਹੀ ਚਾਹੇ ਉਹਦੇ ਲਈ ਕਾਫੀ ਉਹਨਾਂ ਨੂੰ ਡੀਆਈਜੀ ਜਿਹੜੇ ਆ ਬਦਲ ਨਹੀਂ ਪਏ ਸੀ ਜੀ ਹੁਣ ਉਹ ਜਿਹੜਾ ਕੇਸ ਆ ਇੱਥੇ ਤੱਕ ਚੱਲ ਰਿਹਾ ਆ ਜਿਹੜਾ ਕਿ ਡਰੱਗ ਕੇਸ 1985 ਦੇ ਅਧੀਨ ਇਹ ਲਾਗੂ ਹੋਇਆ ਉਸ ਕੇਸ ਦੇ ਵਿੱਚ ਆ ਤੇ ਇਹਨਾਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ ਜਿੱਥੇ ਕਿ ਕਪਲ ਸਿਮਬਲ ਇੱਕ ਬਹੁਤ ਵੱਡੇ ਵਕੀਰ ਹੈਗੇ ਆ ਜੀ ਕਾਂਗਰਸ ਪਾਰਟੀ ਨੂੰ ਬੈਸੇ ਉਹ ਬਿਲੋਂਗ ਕਰਦੇ ਆ ਉਹ ਇਹਨਾਂ ਦਾ ਕੇਸ ਲੜ ਰਹੇ ਆ ਅਸਲ ਦੇ ਵਿੱਚ ਉੱਥੇ ਇਹ ਆ ਕਿ ਉਹਨਾਂ ਨੇ ਇਹ ਕਿਹਾ ਕਿ ਆਰਟੀਕਲ 32 ਆਰਟੀਕਲ 32 ਦੇ ਅੰਡਰ ਪਾਇਆ ਕਿ ਆਰਟੀਕਲ 32 ਕੀ ਆ ਕਿ ਫੰਡਾਮੈਂਟਲ ਰਾਈਟਸ ਆਪਾਂ ਦਿੱਤੇ ਹੋਏ ਜੀ ਫੰਡਾਮੈਂਟਲ ਰਾਈਟਸ ਜਿਹੜੇ ਕਿ ਤੁਹਾਡੇ ਅਧਿਕਾਰ ਆ ਜੀ ਜਿਹੜੇ ਕਿ ਤੁਹਾਡੇ ਬੇਸਿਕ ਕਹ ਲੋ ਕਿ ਆਪਣੇ ਉਹ ਕਹਿੰਦੇ ਵੀ ਉਹਨਾਂ ਦਾ ਹਨਨ ਹੋਇਆ ਹੁਣ ਸੁਪਰੀਮ ਕੋਰਟ ਨੇ ਕਿਹਾ ਵੀ 32 ਆਰਟੀਕਲ ਦਾ ਤੁਸੀਂ ਕਹਿੰਦੇ ਹਨਨ ਹੋਇਆ ਪਰ ਆਰਟੀਕਲ 32 ਲਈ ਤੁਸੀਂ ਸੁਪਰੀਮ ਕੋਰਟ ਕਿਉਂ ਆਏ ਤੁਸੀਂ ਹਾਈ ਕੋਰਟ ਵਿੱਚ ਕਿਉਂ ਨਹੀਂ ਗਏ ਤੁਸੀਂ ਹਾਈ ਕੋਰਟ ਦੇ ਵਿੱਚ ਤੁਹਾਡੀ ਜਿਹੜੀ ਸੁਣਵਾਈ ਆ ਉਹ ਹੋਣੀ ਚਾਹੀਦੀ ਆ ਕਹਿ ਲਓ ਕਿ ਪਿਛਾ ਨੂੰ ਕੇਸ ਮੋੜ ਦਿੱਤਾ ਇੱਕ ਵਾਰੀ ਤੇ ਸ਼ਾਇਦ ਉਹਨਾਂ ਨੂੰ ਇਹ ਰਾਹਤ ਦੀ ਉਮੀਦ ਸੀ ਵੀ ਸ਼ਾਇਦ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ ਤੇ ਸਾਨੂੰ ਰਾਹਤ ਜਿਹੜੀ ਆ ਦਿੱਤੀ ਜਾ ਸਕਦੀ ਆ ਕਿਉਂਕਿ ਉਹਨਾਂ ਦਾ ਮੰਨਣਾ ਇਹ ਆ ਕਿ ਸਾਡੇ ਉੱਤੇ ਜਿਹੜੇ ਕੇਸ ਪਾਏ ਗਏ ਆ ਇਹ ਕੇਸ ਜਿਹੜੇ ਆ ਇਹ ਇੱਕ ਰਾਜਨੀਤਿਕ ਬਦਲਾਖੋਰੀ ਦੇ ਵਿੱਚ ਲਏ ਗਏ ਆ ਪਰ ਦੇਖੋ ਅਕਾਲੀ ਦਲ ਜਿਹੜਾ ਹਾਰਨ ਦਾ ਇੱਕ ਕਾਰਨ ਬਹੁਤ ਵੱਡਾ ਇਹ ਸੀ ਕਿ ਨਸ਼ੇ ਦੇ ਮੁੱਦੇ ਦੇ ਉੱਤੇ ਤੇ ਮਜੀਠੀਆ ਦਾ ਨਾਮ ਅੱਗੇ ਆਉਣਾ ਤੇ ਜਿਹੜੀ ਇਨਵੈਸਟੀਗੇਸ਼ਨ ਨੇ ਆ ਇਹ 2014 ਸਾਰ ਤੋਂ ਲੈ ਕੇ 2015 ਦਾ ਜਿਹੜਾ ਕਾਰਜਕਾਰੀਆ ਉਹਦੇ ਵਿੱਚ ਕੀ ਕੀ ਇਹਨਾਂ ਨੇ ਕੀਤਾ ਕੋ ਸਾਰੇ ਹੀ ਆ ਰਿਹਾ ਆ ਇਹਨਾਂ ਉੱਤੇ ਜਿਹੜਾ ਕੇਸ ਵੀ ਪਾਇਆ ਹੋਇਆ ਆ ਉਹਦੇ ਵਿੱਚ ਉਹ ਸੈਕਸ਼ਨਸ ਲਗਾਏ ਗਏ ਆ ਜਿਨ੍ਹਾਂ ਦੇ ਵਿੱਚ ਕਿਹਾ ਕਿ ਨਸ਼ੇ ਵਾਲਿਆਂ ਨੂੰ ਤਰਜੀਹ ਦੇਣੀ ਜਾਂ ਨਸ਼ੇ ਜਿਹੜੇ ਵੇਚਦੇ ਆ ਜਾਂ ਬਣਾਉਂਦੇ ਆ ਉਹਨਾਂ ਨੂੰ ਟਰਾਂਸਪੋਰਟ ਮਹਈਆ ਕਰਵਾਉਣਾ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਕਰਨੀ ਜਾਂ ਪਲੋਟ ਕਰਨਾ ਬਹੁਤ ਗੰਭੀਰ ਜਿਹੜੇ ਸੈਕਸ਼ਨ ਹੈ ਇਹਨਾਂ ਦੇ ਉੱਤੇ ਧਰਾਮਾ ਜਿਹੜੀਆਂ ਲਾਈਆਂ ਹੋਈਆਂ ਇਸ ਕਰਕੇ ਜਿਹੜੀ ਜ਼ਮਾਨਤ ਆ ਪਹਿਲਾਂ ਵੀ ਸਪੈਸ਼ਲ ਕੋਰਟ ਦੇ ਵੱਲੋਂ ਵੀ ਰੱਦ ਹੋ ਚੁੱਕੀ ਆ ਹਾਂਜੀ ਪਟਿਆਲਾ ਜੇਲ੍ਹ ਦੇ ਵਿੱਚ ਆ ਤੇ ਕਾਫੀ ਜਿਹੜੀਆਂ ਮੁਸ਼ਕਲਾਂ ਹੁਣ ਹੋਰ ਵੱਧ ਗਈਆਂ ਕਿਉਂਕਿ ਸੁਪਰੀਮ ਕੋਰਟ ਨੇ ਵੀ ਆਪਣਾ ਜਿਹੜਾ ਪੱਲਾ ਕਹਿ ਲਓ ਕਿ ਉਹ ਇੱਕ ਤਰ੍ਹਾਂ ਦੇ ਨਾਲ ਛਾੜ ਦਿੱਤਾ ਆ ਤੇ ਹੁਣ ਮੁਸ਼ਕਲਾਂ ਜਿਹੜੀਆਂ ਹੋਰ ਵੱਧਦੀਆਂ ਇਸ ਕਰਕੇ ਵੀ ਆ ਭਗਵੰਤ ਮਾਨ ਉਹਨਾਂ ਨੇ ਮਾਰਚ ਮਹੀਨੇ ਦੇ ਵਿੱਚ ਇੱਕ ਹੋਰ ਐਸਆਈਟੀ ਬਣਾ ਦਿੱਤੀ ਆ ਇਸੇ ਕੇਸ ਵਿੱਚ ਤੇ ਸਕੰਜਾ ਜਿਹੜਾ ਕਾਫੀ ਕਹਿ ਲਓ ਕਿ ਬਹੁਤ ਜਿਆਦਾ ਵਧਦਾ ਜਾ ਰਿਹਾ ਹੈ ਅਮਰੀਕਾ ਦੇ ਖਿਲਾਫ ਵੈਸੇ ਤਾਂ ਕਹਿ ਰਹੇ ਹੁਣ ਜਦਾਂ ਇਹ ਨਾਮ ਲਾਉਂਦੇ ਆ ਕਿ ਜਿਹੜੀ ਹੁਣ ਨਵੀਂ ਸਰਕਾਰ ਆਈ ਆ ਉਹ ਸਕੰਜਾ ਕੱਸ ਰਹੀ ਆ ਜਾਂ ਕਾਂਗਰਸ ਨੇ ਮਤਲਬ ਇਹਨਾਂ ਦੇ ਕੇਸ ਬਣਾਏ ਪਰ ਕੇਸ ਤਾਂ ਇਹਨਾਂ ਦੇ ਜਦੋਂ ਉਹਨਾਂ ਦੀ ਆਪ ਦੀ ਸਰਕਾਰ ਸੀ ਤੋਂ ਆਪ ਇਹ ਮੰਤਰੀ ਸੀ ਕੇਸ ਤਾਂ ਉਦੋਂ ਦਾ ਹੀ ਬਣਿਆ ਹੋਇਆ ਖੈਰ ਇਹਨਾਂ ਤੇ ਕੇਸ ਤਾਂ ਜਦੋਂ ਦਾ ਜਗਦੀਸ਼ ਭੋਲਾ ਹੁਣੀ ਆ ਉਹਨੀਆਂ ਆ ਕੇ ਜਦੋਂ ਕਹਿ ਦਿੱਤਾ ਸੀ ਇਹਨਾਂ ਦਾ ਜਿਹੜਾ ਆਉਂਦਾ ਆ ਨਾਂ ਤੇ ਉਹਦੇ ਵਿੱਚ ਆਪ ਇੱਕ ਤਰ੍ਹਾਂ ਦੇ ਨਾਲ ਮੰਨਣਾ ਤਾਂ ਉਹਦੇ ਹੋ ਗਿਆ ਸੀ ਜਦੋਂ ਇਹਨਾਂ ਨੇ ਸਰਬੰਸ ਸਿੰਘ ਫਲੋਰ ਨੂੰ ਮੰਤਰੀ ਮੰਡਲ ਤੋਂ ਫ੍ਰੀ ਕਰ ਦਿੱਤਾ ਸੀ ਇੱਕ ਤਰ੍ਹਾਂ ਦੇ ਨਾਲ ਉਹਦੇ ਵਿੱਚ ਮੰਨ ਲਿਆ ਸੀ ਕਿ ਸਾਡੀ ਜਿਹੜੀ ਸ਼ਮੂਲੀਅਤ ਆ ਅਕਾਲੀ ਸਰਕਾਰ ਦੀ ਹੈ ਆ ਭਾਵੇਂ ਕਿ ਉਹਦੇ ਵਿੱਚ ਉਹ ਜਿਹੜੇ ਬੰਦੇ ਆ ਉਹਨਾਂ ਦਾ ਕੇਸ ਦੇ ਅਜ ਬਖਰੇ ਨਿਪਟਾਰੇ ਚੱਲ ਰਹੇ ਆ ਆ ਤੇ ਇਹਦੇ ਇਸ ਮਾਮਲੇ ਵਿੱਚ ਕੀ ਹੁੰਦਾ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇ ਤੇ ਲਸਾਣਾ ਸਾਹਿਬ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਜਿੱਦਾਂ ਇਹ ਆਪਾਂ ਵਿਕਰਮ ਸਿੰਘ ਜੀਤ ਸਿੰਘ ਮਜੀਠੀਆ ਦੀ ਗੱਲ ਕਰ ਰਹੇ ਆ ਤੇ ਅਕਾਲੀ ਦਲ ਇਹਦੇ ਪਿੱਛੇ ਆਉਂਦਾ ਨਹੀਂ ਦਿਸਦਾ ਨਹੀਂ ਤਾਂ ਅਕਸਰ ਆਪਾਂ ਅੱਗੇ ਵੇਖਦੇ ਨਾ ਜਦੋਂ ਕੱਲ ਆਪਣੇ ਕਾਂਗਰਸ ਦੀ ਸਰਕਾਰ ਸੀ ਜਾਂ ਕੋਈ ਵੀ ਗੱਲਬਾਤ ਹੁੰਦੀ ਸੀ ਤਾਂ ਡਾਕਟਰ ਜੀ ਮੇ ਹੁਣੀ ਜਾਂ ਹੋਰ ਇਧਰੋਂ ਉਧਰੋਂ ਜਿਹੜਾ ਉਹ ਲੀਡਰਸ਼ਿਪ ਬੜੇ ਫਟਾਫਟ ਕਾਨਫਰੈਂਸਾਂ ਕਰਦੇ ਹੁੰਦੇ ਸੀ ਇੱਕ ਦੂਜੇ ਦੇ ਹੱਕ 'ਚ ਪਰ ਮਜੇਤੀ ਇਹ ਪਿੱਛੇ ਅਕਾਲੀ ਦਲ ਆਉਂਦਾ ਨਹੀਂ ਦਿਸਦਾ ਕਿ ਤੁਸੀਂ ਇਹਦੇ ਕਾਰਨ ਮੰਨਦੇ ਹੋ ਜੀ ਬਿਲਕੁਲ ਧੰਨਵਾਦ ਸਭ ਤੋਂ ਪਹਿਲਾਂ ਤਾਂ ਕਿ ਤੁਸੀਂ ਉਸ ਅਹਿਮ ਮਸਲੇ ਨੂੰ ਚੱਕਿਆ ਜਿਹਦੇ ਉੱਪਰ ਪੰਜਾਬ ਦੀ ਹੋਰਾਂ ਮਸਲਿਆਂ ਦੇ ਨਾਲ ਨਾਲ ਇਹਦੇ ਉੱਪਰ ਹੀ ਬਹੁਤ ਆਖ ਹੈ ਜੀ ਸਰਕਾਰਾਂ ਦੀ ਵੀ ਆਖ ਹੈ ਤੇ ਕੇਂਦਰ ਦੀ ਵੀ ਆਖ ਹੈ ਜੀ ਇਸ ਤਰ੍ਹਾਂ ਤੁਸੀਂ ਕਿਹਾ ਕਿ ਅਕਾਲੀ ਦਲ ਆ ਜਿਹੜਾ ਕਿਸੇ ਟਾਈਮ ਸੱਤਾ ਦੇ ਵਿੱਚ ਸੀ ਔਰ ਇਹਨਾਂ ਦਾ ਇਹ ਸਿਰ ਕੱਢਦਾ ਸਿਰ ਕੱਢਵਾ ਨੇਤਾ ਸਿਗਾ ਕਿ ਅੱਜ ਲੱਗਦਾ ਕਿ ਕਾਲੀ ਦਲ ਪਿੱਛੇ ਤੜਕਿਆ ਤੜਕਿਆ ਲੱਗਦਾ ਪਿੱਛੇ ਨਹੀਂ ਆ ਰਿਹਾ ਇਸ ਤੋਂ ਪਹਿਲਾਂ ਕਿ ਮੈਂ ਇਸ ਦੇ ਉੱਪਰ ਆਪਣੀ ਟਿੱਪਣੀ ਦਵਾਂ ਮਤਲਬ ਜੀ ਜੀ ਨੇ ਅਮਰੀਠਾ ਕੇਸ ਦੇ ਵਿੱਚ ਉਹ ਨਵੀਆਂ ਅਪਡੇਟਸ ਆਈਆਂ ਨੇ ਉਹ ਸਨਮੂਕ ਕੀਤੀਆਂ ਨੇ ਦਰਸ਼ਕਾਂ ਦੇ ਜੀ ਜੀ ਥੋੜਾ ਜਿਹਾ ਦੇ ਵਿੱਚ ਮੈਂ ਦੱਸਦਾ ਚੱਲਾਂ ਕਿ ਇਹ ਜਿਹੜਾ ਐਨਡੀਪੀਐਸ ਐਕਟ 1985 ਦਾ ਹੈ ਮਾਮਲਾ ਦਰਜ ਹੋਇਆ ਸੀਗਾ ਤੇ 20 ਦਸੰਬਰ ਨੂੰ ਕੇਸ ਦਰਜ ਹੋਇਆ ਸੀਗਾ ਤੇ ਇਹਦੇ ਵਿੱਚ ਤਿੰਨ ਧਰਾਵਾਂ ਦੀ ਗੱਲ ਕੀਤੀ ਗਈ ਸੀ ਜੀ ਹੁਣ ਜੇ ਆਪਾਂ ਮਜੀਠੀਆ ਦੇ ਵਕੀਲਾਂ ਦੇ ਪੱਖ ਤੋਂ ਜਾਂ ਮਜੀਠੀਆ ਦੇ ਪੱਖ ਤੋਂ ਗੱਲ ਕਰੀ ਨਾ ਉਹਨਾਂ ਨੂੰ ਸ਼ਾਇਦ ਇਹ ਉਮੀਦ ਸੀ ਕਿ ਜੇ ਅਸੀਂ ਸਿੱਧੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਇਹ ਕਵਾਂਗੇ ਕਿ ਇਹ ਤਾਂ ਜੀ ਪੋਲਿਟਿਕਲ ਮੰਡਾਟਾ ਹੈ ਜਾਂ ਇਹ ਤਾਂ ਬਦਲਾਖੋਰੀ ਆ ਤੇ ਕੇਸ ਇਹ ਸ਼ਾਇਦ ਖਾਰਜ ਹੋ ਜਾਣਾ ਹੈ ਤੇ ਜਿਸ ਤਰ੍ਹਾਂ ਉਹਨਾਂ ਨੇ ਵਕੀਲ ਆਪਣੇ ਅੱਡੇ ਤਕੜੇ ਲਗਾਏ ਸੀਗੇ ਇਸ ਤਰ੍ਹਾਂ ਇਹਨਾਂ ਨੇ ਕੰਪਲਸਿਬਲ ਹੋਣਾਂ ਦੀ ਗੱਲ ਕੀਤੀ ਆ ਤਕੜੇ ਵਕੀਲ ਨੇ ਜੀ ਤੇ ਫਿਰ ਵੀ ਸੁਪਰੀਮ ਕੋਰਟ ਨੇ ਉਹਨਾਂ ਨੂੰ ਬੈਗਗੀੜਾ ਦਿੱਤਾ ਕਿ ਤੁਸੀਂ ਇੱਦਾਂ ਕਰੋ ਵੀ ਹਾਈ ਕੋਰਟ 'ਚ ਪਹਿਲਾਂ ਜਾਓ ਥਰਡੀ ਅਦਾਲਤ ਤੋਂ ਦੁਬਾਰਾ ਆਪਣਾ ਕੰਮ ਕਰਕੇ ਆਓ ਫਿਰ ਆਪਾਂ ਸੁਪਰੀਮ ਕੋਰਟ ਦੇ ਵਿੱਚ ਦੇਖਾਂਗੇ ਸੋ ਪਹਿਲੀ ਜਿਹੜੀ ਪਟੀਸ਼ਨ ਪਾਈ ਸੀਗੀ ਉਹ ਪਾਈ ਸੀਗੀ ਇਹਨਾਂ ਨੇ 28 ਮਾਰਚ 2022 ਨੂੰ ਜੀ ਅ ਉਸ ਤੋਂ ਬਾਅਦ ਇਹਨਾਂ ਨੇ ਉਸ ਪਟੀਸ਼ਨ ਦੇ ਵਿੱਚ ਇਹ ਕਹਿਤਾ ਸੀਗਾ ਵੀ ਇਹ ਤਾਂ ਇੱਕ ਪੋਲੀਟੀਕਲ ਮੋਟਿਵ ਮੋਟਿਵ ਦੇ ਅਧੀਨ ਬਣੇ ਕੇ ਸਾਡੇ ਦਰਜ ਕੁਸ਼ਮਾਂ ਕੱਢ ਦਿਆ ਪੋਲੀਟੀਕਲ ਇਹਨੂੰ ਖਾਰਜ ਕੀਤਾ ਜਾਵੇ ਤੇ ਉਦੋਂ ਦੇ ਜਿਹੜੇ ਜਸਟਿਸ ਸੀਗੇ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਇਹ ਕਿਹਾ ਸੀਗਾ ਵੀ ਦੇਖੋ ਮਾੜਾ ਜਿਹੜਾ ਬੰਦਾ ਮਾੜੇ ਦਾ ਮਤਲਬ ਕੀ ਹੈ ਕਿ ਜਿਹੜਾ ਕਮਜ਼ੋਰ ਬੰਦਾ ਜਾਂ ਸਧਾਰਨ ਬੰਦਾ ਹੈ ਜਾਂ ਮਿਡਲ ਕਲਾਸ ਹੈ ਆ ਜੀ ਉਹ ਤਾਂ ਇਹ ਕਹਿੰਦਾ ਚੰਗਾ ਲੱਗਦਾ ਕਿ ਸਾਨੂੰ ਪਸਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀ ਤੁਸੀਂ ਤਾਂ ਉਸਾ ਫੈਮਿਲੀ ਦੇ ਵਿੱਚ ਉਹ ਜਿੱਥੇ ਦੇ 5 ਸਾਲਾਂ ਦਾ 5 ਵਾਰ ਦੇ ਚੀਫ ਮਿਨਿਸਟਰ ਕੁਰਸੀਆਂ ਦੇ ਬੈਠ ਕੇ ਆਏ ਨੇ ਤੇ ਤੁਹਾਡੇ ਭਾਈ ਭੈਣ ਜਾਂ ਤੁਹਾਡੀ ਸਾਰੀ ਪੂਰੀ ਦਾ ਪੂਰਾ ਜੋ ਪਰਿਵਾਰ ਆ ਇਸ ਤਰ੍ਹਾਂ ਰਾਜਨੀਤੀ ਦੇ ਵਿੱਚ ਹੈ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਕਮਜ਼ੋਰ ਹਾਂ ਜਾਂ ਤੁਹਾਨੂੰ ਖਸਾਇਆ ਜਾ ਰਿਹਾ ਜਾਂ ਤੁਹਾਨੂੰ ਕੋਈ ਮਸਲ ਕੇ ਚਲ ਜਾਏਗਾ ਜੀ ਜੀ ਸੋ ਇਹਦੇ ਵਿੱਚ ਫਿਰ ਜਿਹੜੀ ਹੁਣ ਅਗਲੀ ਸੁਣਵਾਈ ਆ ਉਹ ਜਸਟਿਸ ਡੀワイ ਚੰਦਰ ਚੋੜ ਦੀ ਬੈਠਕ ਦੇ ਵਿੱਚ ਹੋਏਗੀ ਜਿਸ ਤਰ੍ਹਾਂ ਦਲਜੀਤ ਜੀ ਨੇ ਬੜੇ ਸਲਚਪਦਾਂ ਦੇ ਵਿੱਚ ਕਿਹਾ ਸੀਗਾ ਕਿ ਆਰਟੀਕਲ 32 ਦੇ ਵਿੱਚ ਐਪਲੀਕੇਸ਼ਨ ਲਗਾਏ ਸੀਗੀ ਜਿਹੜਾ ਉਹਨਾਂ ਨੇ ਕਿਹਾ ਵੀ ਐਦਾਂ ਕਰੋ ਤੁਸੀਂ ਉਹਨਾਂ ਹਾਈ ਕੋਰਟ ਦੇ ਵਿੱਚ ਚਲ ਜਾਓ ਇਹਦੇ ਵਿੱਚ ਮੈਂ ਥੋੜਾ ਦੱਸਣਾ ਚਾਹਾਂਗਾ ਕਿ ਆਰਟੀਕਲ 32 'ਚ ਹੈ ਕੀ ਅਦਰਸਲ ਆਰਟੀਕਲ ਜਿਹੜਾ ਇਹ ਪਾਰਟ 3 ਦਾ ਹਿੱਸਾ ਆ ਸੰਵਿਧਾਨ ਦਾ 12 ਤੋਂ ਲੈ ਕੇ 32 ਤੱਕ ਇਹ ਆਰਟੀਕਲ ਬਣਦੇ ਆ ਇਹਦੇ ਵਿੱਚ ਇੱਕ ਮਦ ਆਉਂਦੀ ਹੈ ਇਹਦੇ ਵਿੱਚ ਇੱਕ ਪਾਰਟ ਆਉਂਦਾ ਜਿਹਦੇ ਵਿੱਚ ਆਪਾਂ ਇਹ ਕਹਿੰਦੇ ਆ ਕਿ ਸਾਡੇ ਜੀ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋ ਗਈ ਆ ਇਸ ਕਰਕੇ ਇਹਨੂੰ ਤੁਸੀਂ ਨਾ ਬਸ ਇਹਨੂੰ ਰੱਦ ਹੀ ਕਰ ਦਿਓ ਖਾਰਜੀ ਕਰ ਦਿਓ ਠੀਕ ਹੈ ਤੇ हां एक हल्की जी ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਤੇ ਉਹਨਾਂ ਦੀ ਸਰਕਾਰ ਦੁਆਰੇ ਆਂਦੀ ਤੇ ਕਰਵਾ ਵੀ ਲੈਣੇ ਸੀ ਉਹਨਾਂ ਨੇ ਜੀ ਮੈਂ ਉੱਥੇ ਮੁੜ ਕੇ ਆਉਣਾ ਆ ਇਹਦੇ ਵਿੱਚ ਹਲਕੀ ਜਿਹੀ ਰਾਹਤ ਮੈਨੂੰ ਬੜੀ ਵੱਡੀ ਰਾਹਤ ਨਹੀਂ ਕਵਾਂਗਾ ਹਾਂ ਜੀ ਜਸਟਿਸ ਹਲਕੀ ਰਾਹਤ ਇਹ ਦਿੱਤੀ ਹੈ ਕਿ ਅੱਗੇ ਜਿਹੜੀ ਇਹ ਨਾ ਇਹਨਾਂ ਦੀ ਅਗਵਾਈ ਜਦੋਂ ਚੱਲਦੀ ਸੀਗੀ ਜਜਸਟਸ ਉਹਨਾਂ ਦੀ ਹਾਂ ਜੀ ਉਹਦੇ ਵਿੱਚ ਸਿੰਗਲ ਬੈਂਚ ਬੈਠਦਾ ਸੀਗਾ ਹੁਣ ਉਹਨਾਂ ਨੇ ਕਿਹਾ ਕਿ ਨਹੀਂ ਚਲੋ ਤੁਹਾਡਾ ਕੇਸ ਥੋੜਾ ਜਿਹਾ ਹਾਈ ਪ੍ਰੋਫਾਈਲ ਮੰਨਦਾ ਜਾ ਰਿਹਾ ਪਪਾ ਦੇ ਵਿੱਚ ਡਬਲ ਬੈਂਚ ਨਿਯੁਕਤ ਕਰਾਂਗੇ ਵੱਡੇ ਲੋਕਾਂ ਦਾ ਕੇਸ ਇਸ ਕਰਕੇ ਉਹਨਾਂ ਨੇ ਨਾਲ ਹਦਾਇਤ ਕੀਤੀ ਕਿ 18 ਮਈ ਤੱਕ ਤਾਂ ਤੁਹਾਡੀ ਜਿਹੜੀ ਹਿਰਾਸਤ ਉਹ ਵੱਧ ਗਈ ਆ ਠੀਕ ਹੈ ਤੇ ਅ گاਉਂ ਜਮਾਨਤ ਜਿਹੜੀ ਪਹਿਲਾਂ ਰੱਦ ਹੋ ਗਈ ਸੀ ਉਸ ਤੋਂ ਬਾਅਦ ਇਹਨਾਂ ਨੇ ਦੁਬਾਰਾ ਕੋਸ਼ਿਸ਼ ਵੀ ਵੈਸੇ ਕੀਤੀ ਨਹੀਂ ਹੈਗੀ ਠੀਕ 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 ਤੇ ਇਹ ਦਲਜੀਤ ਜੀ ਕੋਲ ਸ਼ੋਰ ਦੱਸਣਾ ਚਾਹੁੰਦਾ ਜਰੂਰ ਦੱਸਾਂਗਾ ਮੈਂ ਇਹਦੇ ਵਿੱਚ ਇੱਕ ਹੋਰ ਨੁਕਤਾ ਹੋਰ ਆਖੀ ਜਰੂਰ ਪਾ ਕੇ ਜਾਣਾ ਜੀ ਠੀਕ ਹੈ ਤੁਸੀਂ ਅਗਰ ਥੋੜਾ ਸਾਹ ਲਓ ਹੁਣ ਜੀ ਜਾਉਂਦਾ ਦੇ ਲਈ ਤੁਸੀਂ ਹੁਣ ਮੈਂ ਕੀ ਕਰਾਂ ਮੈਂ ਲਸਾੜਾ ਸਾਹਿਬ ਨੂੰ ਪੁੱਛਿਆ ਸੀ ਇਹ ਸਵਾਲ ਪਰ ਚਲੋ ਹੁਣ ਇਹਨਾਂ ਨੂੰ ਬਸ ਥੋੜਾ ਜਿਹਾ ਰੈਸਟ ਦੇਨੇ ਆ ਇਹ ਅਕਾਲੀ ਦਲ ਇਹਨਾਂ ਦੇ ਪਿੱਛੇ ਕਿਉਂ ਨਹੀਂ ਆ ਰਿਹਾ ਕਿਉਂਕਿ ਅਕਾਲੀ ਦਲ ਇੱਕ ਤਰ੍ਹਾਂ ਦੇ ਨਾਲ ਬੈਕਫੁੱਟ ਆ ਫੁੱਟ ਦੇ ਉੱਤੇ ਆ ਇਸ ਕੇਸ ਦੇ ਵਿੱਚ ਖਾਸ ਤੌਰ ਦੇ ਉੱਤੇ ਪਹਿਲਾਂ ਬਹੁਤ ਉਹਨਾਂ ਨੇ ਧਰਨੇ ਵੀ ਦੇਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਯਾਦ ਹੋਣਾ ਕਿ ਜਦੋਂ ਇਹਨਾਂ ਦੀ ਰੈਸਟ ਹੋਈ ਆ ਪਟਿਆਲਾ ਜੇਲ੍ਹ ਦੇ ਵਿੱਚ ਵੀ ਇੱਕ ਤਰ੍ਹਾਂ ਦੇ ਨਾਲ ਸਿੱਧੇ ਤੁਰੇ ਫਿਰਦੇ ਸੀ ਜਿੱਦਾਂ ਘਰ ਦਾ ਇਹ ਮਾਮਲਾ ਹੁੰਦਾ ਫਿਰ ਬਾਅਦ ਦੇ ਵਿੱਚ ਉੱਤੇ ਵੀ ਐਕਸ਼ਨ ਹੋਵੇ ਨਹੀਂ ਇਦਾਂ ਨਹੀਂ ਹੋਣੀ ਚਾਹੀਦੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਧਰ

ਅਸਲ ਗੱਲ ਕੀ ਹੁੰਦਾ ਕਿ ਕੋਈ ਵੀ ਪੋਲੀਟੀਕਲ ਪਾਰਟੀ ਕੋਈ ਵੀ ਮੋਰਚਾ ਉਦੋਂ ਕਾਮਯਾਬ ਹੁੰਦਾ ਜਦੋਂ ਲੋਕਾਂ ਦਾ ਸਹਿਯੋਗ ਮਿਲਦਾ ਲੋਕਾਂ ਦੇ ਵਿੱਚ ਉਹ ਨਸ਼ੇ ਦੇ ਪ੍ਰਤੀ ਜਿਹੜੀ ਨਫ਼ਰਤ ਆ ਉਹ ਅਜੇ ਤੱਕ ਉਤੋਂ ਪਾਰ ਨਹੀਂ ਪੈਂਦੇ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਦੇ ਉੱਤੇ ਅੱਜ ਵੀ ਕੋਈ ਵੀ ਟਿੱਪਣੀ ਨਾਲ ਦੇ ਹੱਕ ਦੇ ਵਿੱਚ ਪਾ ਦੋ ਕੋਈ ਵੀ ਚਾਹੇ ਕਿਸੇ ਦੇ ਨਾਮ ਦੇ ਅਧੀਨ ਵੀ ਉਹ ਇਹ ਨਹੀਂ ਮੈਂ ਕਹਿ ਰਿਹਾ ਕਿ ਉਹ 100% ਜਿਹੜਾ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਉਹ ਲੋਕ ਬੈਠੇ ਜਿਨ੍ਹਾਂ ਦੀਆਂ ਜ਼ਿਆਦਾਤਰ ਵੋਟਾਂ ਵੀ ਨਹੀਂ ਬਣੀਆਂ ਹੁੰਦੀਆਂ ਹਾਂਜੀ ਹਾਂਜੀ ਪਰ ਅਸਲ ਵਿੱਚ ਉਹ ਵੀ ਨੁਮਾਇੰਦੇ ਆ ਉੱਥੇ ਜੇ ਆਪਾਂ ਗ੍ਰਾਮ ਸਭਾ ਦੀ ਗੱਲ ਕਰ ਲਈਏ ਸਾ ਜਿਹੜਾ ਕਿ ਉੱਥੇ ਦਾ ਜੰਮਿਆ ਹੋਇਆ ਆ ਉੱਥੇ ਦਾ ਬਸਨੀਕ ਆ ਭਾਰਤ ਦਾ ਉਹ ਉਹਨੂੰ ਹੱਕ ਆ ਕਹਿਣ ਦਾ ਭਾਵੇਂ ਉਹ ਛੋਟਾ ਚਾਹੇ ਵੱਡਾ ਆ ਜੀ ਉੱਥੇ ਤੁਸੀਂ ਦੇਖੋਗੇ ਉਹਦਾ ਪ੍ਰਭਾਵ ਕੀ ਆ ਹੂੰ ਉਤੋਂ ਪਤਾ ਲੱਗਦਾ ਆ ਕਿ ਲੋਕਾਂ ਦੇ ਵਿੱਚ ਅਜੇ ਵੀ ਇਸ ਚੀਜ਼ ਦੀ ਨਫ਼ਰਤ ਆ ਹੁਣ ਜਿੱਦਾਂ ਤੁਸੀਂ ਦੇਖੋਗੇ ਪਿਛਲੇ ਆ ਦੋ ਵੀਕ ਪਹਿਲਾਂ ਇਹਨਾਂ ਦੀ ਅਗਵਾਈ ਸੁਖਵੀਰ ਸਿੰਘ ਬਾਦਲ ਹੁਣਾਂ ਦੀ ਅਗਵਾਈ ਦੇ ਵਿੱਚ ਰਾਜਪਾਲ ਨੂੰ ਮਿਲੇ ਆ ਜੀ ਉਥੇ ਇਹਨਾਂ ਨੇ ਮੰਗ ਕੀਤੀ ਵੀ ਕਾਨੂੰਨ ਵਿਵਸਥਾ ਜਿਹੜੀ ਆਮ ਆਦੀ ਪਾਰਟੀ ਦੇ ਵਿੱਚ ਕਾਫੀ ਬਹੁਤ ਮਾੜੀ ਹਾਲਾਤ ਹੋ ਚੁੱਕੇ ਆ ਵੀ ਇਹ ਸਰਕਾਰ ਜਿਹੜੀ ਚਲਾ ਨਹੀਂ ਸਕਦੇ ਇਹਨਾਂ ਨੂੰ ਨिलੰਬਿਤ ਕਰ ਦੇਣਾ ਚਾਹੀਦਾ ਹੁਣ ਇਦਾਂ ਦੇ ਮਸਲੇ ਜਿਹੜੇ ਚੱਕ ਰਹੇ ਆ ਦੂਜਾ ਆ ਵੀ ਧਾਮੀ ਸਾਹਿਬ ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਸਿੱਖ ਜਥੇਬੰਦੀਆਂ ਸਾਧ ਲਈਆਂ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜੇ ਬੰਦੀ ਸਿੰਘ ਆ ਉਨਾਂ ਨੂੰ ਦੁਬਾਰਾ ਤੋਂ ਉਸ ਕੇਸ ਦੇ ਵਿੱਚ ਉਹਨਾਂ ਨੂੰ ਜਿਹੜੀ ਆ ਆਜ਼ਾਦ ਕਰਾਉਣਾ ਹੈ ਉਹਨਾਂ ਨੂੰ ਰਿਹਾ ਕਰਵਾਉਣਾ ਉਹਦੇ ਵਿੱਚ ਬਲੇਮ ਵੀ ਕੀਤਾ ਇਹਨਾਂ ਨੇ ਤੇ ਭੁੱਲਰ ਸਾਹਿਬ ਦੀ ਜਿਹੜੀ ਰਿਹਾਈ ਆ ਉਹ ਕੇਜਰੀਵਾਲ ਸਾਹਿਬ ਕੋ ਤੇ ਰੁਕੀ ਆ ਅਸਲ ਵਿੱਚ ਕੀ ਹੈ ਕਿ ਉਹ ਹੁਣ ਮੌਕਾ ਭਾਲ ਰਹੇ ਕੇਸ ਮੁੱਦੇ ਦੇ ਨਾਲ ਅਸੀਂ ਜਨਤਾ ਵਿੱਚ ਜਾਈਏ ਕਿਉਂਕਿ ਹੁਣ ਉਹਨਾਂ ਦੇ ਕੋਲ ਨਾ ਤਾਂ ਵਿਰੋਧੀ ਧਿਰ ਆ ਵਿਰੋਧੀ ਧਿਰ ਦੇ ਵਿੱਚ ਹੁੰਦੇ ਹੋਏ ਵੀ ਕੁਝ ਨਾ ਕੁਝ ਤੁਹਾਡਾ ਇੱਕ ਰਹਿਂਦਾ ਲੋਕਾਂ ਦੇ ਵਿੱਚ ਸੁਰਖੀਆਂ ਬਣੀਆਂ ਰਹਿੰਦੀਆਂ ਕਿ ਤੁਸੀਂ ਕੀ ਬੋਲਦੇ ਹੋ ਪਰ ਤੁਹਾਨੂੰ ਮੁੱਦਾ ਕੀ ਹੋਵੇ ਹੁਣ ਜਿਹੜਾ ਇਹ ਮੁੱਦਾ ਆ ਮਜੀਠੀਏ ਵਾਲਾ ਜਦੋਂ ਕੋਈ ਵੀ ਗੱਲ ਕਰਨ ਲੱਗਦਾ ਲੋਕੀ ਪਹਿਲੇ ਕਹਿੰਦੇ ਜ ਲੋਗ ਅਦਾਲਤਾਂ ਨੇ ਨਹੀਂ ਅਜੇ ਬੰਨੇ ਆ ਹਾਂ ਅਦਾਲਤਾਂ ਨੇ ਤਾਂ ਅਜੇ ਤੱਕ ਦੇਖੋ ਅਸੀਂ ਵੀ ਉਦੋਂ ਕਵਾਂਗੇ ਉਹਨਾਂ ਨੂੰ ਦੋਸ਼ੀ ਜਦੋਂ ਅਦਾਲਤਾਂ ਕਹਿਣ ਗਿਆ ਅਜੇ ਤਾਂ ਉਹਨਾਂ ਦੇ ਉੱਤੇ ਦੋਸ਼ ਲੱਗਿਆ ਹੋ ਸਕਦਾ ਇਹ ਦੋਸ਼ ਜਿੱਦਾਂ ਉਹ ਕਹਿ ਰਿਹਾ ਝੂਠੇ ਹੋਣ ਇਹ ਪਤਾ ਨਹੀਂ ਅਦਾਲਤ ਕੀ ਫੈਸਲਾ ਦੇਣ ਗਿਆ ਪਰ ਰਿਸਪੈਕਟ ਕਰਾਂਗੇ ਉਹ ਵੀ ਅਦਾਲਤ ਦੋਸ਼ੀ ਦਿੰਦੇ ਆ ਜਾਂ ਹੋ ਸਕਦਾ ਉਹਨਾਂ ਨੂੰ ਰਿਹਾ ਕਰ ਦੇਣ ਹੁਣ ਇਹਦੇ ਪਰ ਜਿਹੜੇ ਜਨਤਾ ਦੀ ਅਦਾਲਤ ਹੈ ਈ ਉਹਨਾਂ ਨੂੰ ਪਹਿਲਾਂ ਦੋਸ਼ੀ ਮੰਨ ਲਿਆ ਲੋਕੀ ਦੱਚੇ ਦੋਸ਼ੀ ਮੰਨ ਨਹੀਂ ਬੈਠੇ ਆ ਹੁਣ ਉਹਦੇ ਵਿੱਚ ਜਦੋਂ ਉਸ ਦੇ ਫੇਵਰ ਵਿੱਚ ਗੱਲ ਕਰਦੇ ਆ ਦੋਸ਼ੀ ਮੰਨਣ ਦਾ ਕਿੱਦਾਂ ਹੁੰਦਾ ਕਿ ਜਦੋਂ ਤੁਸੀਂ ਦੇਖ ਲਓ ਕਿ ਲੋਕੀ ਸੁਣਨ ਨੂੰ ਤਿਆਰ ਨਹੀਂ ਇਸ ਮੁੱਦੇ ਦੇ ਉੱਤੇ ਹੋ ਸਕਦਾ ਵੀ ਜਦੋਂ ਇਹਦਾ ਅਦਾਲਤਾਂ ਦੇ ਵਿੱਚੋਂ ਕੋਈ ਡਿਸੀਜਨ ਆਉਂਦਾ ਫੇਰ ਆ ਖਾਲੀਦ ਆਲ ਦੇ ਕੋਲ ਕੁਝ ਕਹਿਣ ਲਈ ਹੋਏਗਾ ਕਿ ਨਹੀਂ ਆ ਦੇਖੋ ਵੀ ਸਾਡੇ ਕੋਲ ਆ ਚੀਜ਼ਾਂ ਹੋਈਆਂ ਸੀ ਤੇ ਆ ਇਹ ਡਿਸੀਜਨ ਆਇਆ ਫੇਰ ਸ਼ਾਇਦ ਲੋਕਾਂ ਦੇ ਵਿੱਚ ਉਹ ਗੱਲ ਬਣੇ ਪਰ ਅਜੇ ਤੱਕ ਜੋ ਆ ਸ਼ਾਇਦ ਆ ਖਾਲੀਦ ਆਲ ਉਹ ਤੇ ਆਪਣੇ ਆਪ ਨੂੰ ਇੱਕ ਫਸਿਆ ਹੋਇਆ ਮਹਿਸੂਸ ਕਰਦਾ ਕਿ ਇੱਕ ਵੱਡਾ ਲੀਡਰ ਜੀ ਨੋ ਡਾਊਟ ਕੋਦੇ ਮਗਰ ਜਨਤਾ ਵੀ ਸੀ ਜਦੋਂ ਸਾਰੇ ਢੈਢੇਰੀ ਹੋ ਗਏ ਭਾਵੇਂ ਕਿ ਮਜੀਠੀਆ ਦੀ ਆਪਣੀ ਸੀਟ ਤਾਂ ਮਜੀਠੀਆ ਸੀ ਭਾਵੇਂ ਉਹ ਲੜਿਆ ਨਹੀਂ ਆਪਣੀ ਵਾਈਫ ਨੂੰ ਲੜਾਇਆ ਹਾਂਜੀ ਹਾਂਜੀ ਥੈਟ ਮੀਨਸ ਕਿ ਆਪਣੀ ਘਟੋ ਘਟ ਅਸੈਂਬਲੀ ਦੇ ਵਿੱਚ ਬਹੁਤ ਤਕੜਾ ਆਗੂ ਅੱਜ ਵੀ ਹਾਂਜੀ ਹਾਂਜੀ ਇਸ ਕਰਕੇ ਉਹਦੇ ਵਿੱਚ ਭਲ ਤਾਂ ਹੈ ਪਰ ਉਹਦੇ ਪਿੱਛੇ ਨਾ ਆਉਣ ਦਾ ਕਾਰਨ ਮੈਨੂੰ ਇਹੀ ਲੱਗਦਾ ਕਿ ਅਜੇ ਤੱਕ ਉਹਨਾਂ ਨੂੰ ਲੱਗਦਾ ਆ ਵੀ ਵੇਟ ਕਰੋ ਸ਼ਾਇਦ ਆਉਣ ਵਾਲੇ ਕੋਸ਼ ਇਦਾਂ ਦੇ ਡਿਸੀਜਨ ਆਉਣ ਅਸੀਂ ਇਸ ਮੁੱਦੇ ਨੂੰ ਫੇਰ ਚੱਕੀਏ ਜੀ 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 ਤੇ ਲਸੜਾ ਪਾਓ ਫਿਰ ਤੁਸੀਂ ਵੀ ਚੱਲਣਾ ਆਪੇ ਚਾਹੋ ਅਸੀਂ ਵੀ ਸਭ ਜੀ ਵੈਸੇ ਮੈਂ ਸਹਿਮਤ ਹਾਂ ਦ ਤੇ ਦਿਲਜੀਤ ਜੀ ਦਾ ਸਾਰਾਂਸ਼ ਇਹ ਹੀ ਬਣਦਾ ਕਿ ਜਦੋਂ ਤੁਸੀਂ ਸੱਤਾ 'ਚ ਹੁੰਨੇ ਹੋ ਉਦੋਂ ਤੁਹਾਡੇ ਹੱਥ 'ਵਸ ਬਹੁਤ ਕੁਝ ਹੁੰਦਾ ਹੈ ਤੁਹਾਡੇ ਕੋਲ ਅਮਰਾ ਤੁਹਾਡੇ ਹੱਥ 'ਵਸ ਹੁੰਦਾ ਪ੍ਰਸ਼ਾਸਨ ਤੁਹਾਡੇ ਅਧੀਨ ਕੰਮ ਕਰਦਾ ਹੂੰ ਉਦੋਂ ਤੁਸੀਂ ਪੈਰ ਵੀ ਕਰਦੇ ਵੀ ਚੰਗੇ ਲੱਗਦੇ ਔਰ ਕਰ ਵੀ ਲੈਨੇ ਹੋ ਇਸ ਵਕਤ ਅਕਾਲੀ ਦਲ ਜਿਹੜਾ ਆ ਉਹ ਸੱਤਾ ਤੋਂ ਬਾਹਰ ਆ ਤੇ ਦੂਸਰੀ ਨਮੋਸ਼ੀ ਦਲਜੀਤ ਜੀ ਨੇ ਇਹ ਦੱਸੀ ਉਹਨਾਂ ਦੇ ਕਿ ਜਿਹੜੀ ਲੋਕ ਰਾਏ ਆ ਉਹ ਇਸ ਕੇਸ ਦੇ ਵਿੱਚ ਉਹਨਾਂ ਦੇ ਹੱਕ ਜ ਨਹੀਂ ਜਾਂਦੀ ਇਸ ਕਰਕੇ ਵੀ ਉਹ ਥੋੜੇ ਜਿਹਾ ਪੈਰ ਪਿੱਛੇ ਪਟ ਕੇ ਚੱਲਦੇ ਆ ਤੇ ਤੀਜਾ ਇਹਦੇ ਵਿੱਚ ੜਿਕਾ ਜਿਹੜਾ ਮੈਂ ਦੱਸਣਾ ਚਾਹੁੰਦਾ ਸੀਗਾ ਅਮਰਪਾਲ ਸਿੰਘ ਬੂਨ ਨਿਯੋਜਨਾਲਾ ਤੋਂ ਉਹਨਾਂ ਨੇ ਵੀ ਵਿਕਰਮਜੀਤ ਸਿੰਘ ਮਜੀਠੀਆ ਦੇ ਵਿਰੁੱਧ ਪਟੀਸ਼ਨ ਪਾਈ ਹੋਈ ਆ ਤਾਜ਼ਾ ਤਾਜ਼ਾ ਪਟੀਸ਼ਨ ਪਾਈ ਹੋਈ ਆ ਉਹਨਾਂ ਨੇ ਵਿਕਰਮ ਦੇ ਉੱਪਰ ਇਹ ਦੋਸ਼ ਲਗਾਏ ਆ ਕਿ ਇਹ ਇਹ ਤੋਂ ਮੈਨੂੰ ਜਾਨ ਦਾ ਖਤਰਾ ਆ ਪਲੱਸ ਉਹਨਾਂ ਨੇ ਸਿੱਧਾ ਤਾਂ ਉਹਨੂੰ ਗੈਂਗਸਟਰ ਸ਼ਬਦ ਨਹੀਂ ਵਰਤਿਆ ਹੈਗਾ ਲੇਕਿਨ ਉਹਨਾਂ ਨੇ ਕਹਿਤਾ ਕਿ ਇੱਕ ਗੈਂਗਸਟਰਾਂ ਦਾ ਟੋਲਾ ਜੀ ਜੀ ਮੈਂ ਇੱਥੇ ਫੇਰ ਦੁਬਾਰਾ ਆ ਕਹਿਣਾ ਚਾਹਾਂਗਾ ਕਿ ਸਿੱਧਾ ਨਹੀਂ ਉਹਨਾਂ ਨੇ ਕਿਹਾ ਹੈਗਾ ਕਿ ਉਹ ਗੈਂਗਸਟਰ ਹੈ ਉਹਨਾਂ ਨੇ ਕਿਹਾ ਕਿ ਗੈਂਗਸਟਰਾਂ ਦਾ ਇੱਕ ਬਹੁਤ ਬੜਾ ਟੋਲਾ ਆ ਇਹ ਪੂਰਾ ਹਯੂਮ ਆ ਜਿਹੜਾ ਮੈਨੂੰ ਕਦੇ ਵੀ ਮਾਰ ਸਕਦਾ ਜਾਂ ਕਦੇ ਵੀ ਮੈਨੂੰ ਮੁਸ਼ਕਲ ਦੇ ਵਿੱਚ ਪਾ ਸਕਦਾ ਤੇ ਉਹਦੀ ਵੀ ਸੁਣਵਾਈ ਵੀ ਏਸੀ ਮੈਜਿਸਟਰੇਟ ਦੇ ਕੋਲ ਅ ਅ ਅਦਾਲਤ ਦੇ ਵਿੱਚ ਚੱਲੇਗੀ ਠੀਕ ਜੀ ਸੋ ਇਹ ਮੁਸ਼ਕਲਾ ਹੋ ਜੰਨੀ ਆ ਵੈਸੇ ਤਾਂ ਜਿਹੜੇ ਭਾਰਤੀ ਨੇਤਾ ਹੁੰਦੇ ਨੇ ਜੀ ਜੀ ਇਹ ਵੈਸੇ ਤਾਂ ਇਹ ਨਾ ਕਰਪਸ਼ਨ ਦੇ ਕੇਸੇ ਵਿੱਚ ਫਸਦੇ ਨਹੀਂ ਹੈਗੇ ਜੇਲਾਂ ਜਾਂਦੇ ਨਹੀਂ ਪਰ ਜੇ ਚੱਲ ਜਾਂਦੇ ਆ ਜੀ ਖਾਸ ਕਰਕੇ ਜੇ ਕੋਈ ਆਮ ਬੰਦਾ ਵੀ ਜਾਂ ਨੇਤਾ ਵੀ ਜੀ ਐਨਡੀਪੀਐਸ ਐਕਟ ਦੇ ਵਿੱਚ ਚੱਲ ਜAVE ਤਾਂ ਸਮਝ ਲੈਣਾ ਚਾਹੀਦਾ ਕਿ ਤਿੰਨ ਤੋਂ ਚਾਰ ਮਹੀਨੇ ਤਾਂ ਉੱਪਰ ਥੱਲੇ ਉੱਪਰ ਥੱਲੇ ਚੱਲਦੇ ਰਹਿੰਦੇ ਆ ਜੀ ਜੀ ਹੁਣ ਅ ਦੋ ਸ਼ਬਦ ਹੋਰ ਵਿੱਚ ਮੈਂ ਪਾ ਪਾਉਂਦਾ ਜਾਂਦਾ ਚਾਰ ਪਾਓ ਤੁਸੀਂ ਕਿਹੜੀ ਗੱਲ ਸਾਡੇ ਕੋਲ ਇੱਕ ਉਦਾਹਰਨ ਬਣਦੀ ਆ ਲਾਲੂ ਪ੍ਰਸ਼ਾਦ ਯਾਦਵ ਦੀ ਬਿਹਾਰ ਤੋਂ ਹਾਂ ਜੇਲ੍ਹ ਦੇ ਵਿੱਚ ਗਏ ਆ ਜੀ ਔਰ ਅੱਜ ਹਰ ਭਾਰਤੀ ਨੂੰ ਪਤਾ ਆ ਜੀ ਕਿ ਇਹਨਾਂ ਨੇ ਜਿਹੜੇ ਕਰਾਪਸ਼ਨ ਕੀਤੀ ਸੀ ਚਾਰਾ ਘਟਾਲਾ ਕੀਤਾ ਸੀਗਾ ਵੀ ਉਹ ਸਾਬਤ ਹੋਇਆ ਆ ਔਰ ਉਹਨੇ ਕਰਾਪਸ਼ਨ ਕੀਤੀ ਔਰ ਇਹ ਦੋਸ਼ੀ ਆ ਲੇਕਿਨ ਮਾਰਕੀਟ ਦੇ ਵਿੱਚ ਤੁਸੀਂ ਇਹ ਦੇਖੋ ਕਿ ਉਸ ਬੰਦੇ ਦੀ ਅੱਜ ਵੀ ਤੂਤੀ ਬੋਲਦੀ ਆ ਉਹਦੀ ਗੱਲ ਫਿਰ ਵੀ ਮੰਨੀ ਜਾਂਦੀ ਔਰ ਰੱਖੀ ਜਾਂਦੀ ਆ ਵਜ੍ਹਾ ਕੀ ਸੀਗਾ ਕਿ ਇੰਨੀ ਮੁਸ਼ਕਲ ਚ ਪੈਣ ਤੋਂ ਬਾਅਦ ਵੀ ਉਹਨੇ ਭਾਜੀਪੀ ਦੇ ਨਾਲ ਕੇਂਦਰ ਚ ਹੱਥ ਨਹੀਂ ਆਪਣਾ ਰੱਖਿਆ ਕਿ ਮੇਰੇ ਨਾਲ ਆਪਣਾ ਹੱਥ ਨਹੀਂ ਉਹਨਾਂ ਨੇ ਮਿਲਾਇਆ ਉਹਨੇ ਆਪਣਾ ਉਹੀ 19 ਦਾ 23 ਦਾ ਜਿਹੜਾ ਅੰਕੜਾ ਜਾਂ ਹੁੰਦਾ ਉਹ ਬਰਕਰਾਰ ਰੱਖਿਆ ਉਹ ਉਹ ਜਿਹੜੀ ਸ਼ਬੀ ਉਹ ਬਣਾ ਕੇ ਨਾ ਉਸ ਚੀਜ਼ ਦੇ ਵਿੱਚ ਕਰਾਪਸ਼ਨ ਕਰਕੇ ਵੀ ਉਹ ਅਕਾਲੀ ਦਲ ਤੇ ਵਿਕਰਮ ਦੇ ਹਿੱਸੇ ਨਹੀਂ ਆਈ ਜੀ ਜੀ ਉਹਨੇ ਕੀ ਦਾ ਸੁਣਿਆ ਸੀ ਐ ਕਿ ਅੱਜ ਲਸਤਾਰਾ ਨੇ 19 23 ਦਾ ਕੱਢ ਮਾਰਿਆ ਹਾਂ ਉਹ ਕਿਉਂਕਿ ਸਾਡੇ ਕੋਲ ਵੱਡਾ ਨੇਤਾ ਹੈ ਨਾ ਬਿਹਾਰ ਤੋਂ ਗੱਲ ਤੇ ਆਪਾਂ ਦਾ ਸਾਡਾ ਸਭ ਨੂੰ ਇਨਫ ਟਾਈਮ ਦਿੱਤਾ ਮੈਂ ਹੈਗੀ ਜੇ ਮੜ ਕੇ ਦੇਵ ਸਾਹਿਬ ਨੂੰ ਸ਼ਿਕਾਇਤ ਲਾ ਦੇਣਾ ਤੇ ਦੇਖ ਰਹੇ ਨੇ ਪ੍ਰੋਗਰਾਮ ਨੂੰ ਗੁਰਦੇਵ ਸਿੰਘ ਜੀ ਥੈਂਕ ਯੂ ਸਿੱਧੂ ਸਾਹਿਬ ਲਵੀ ਕੱਤਰੀ ਜੀ ਅਵਤਾਰ ਬਾਂਸਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਮੇਂ ਜੋ ਸਮਾਂ ਕੱਢ ਕੇ ਪ੍ਰੋਗਰਾਮ ਦੇਖ ਰਹੇ ਹੋ ਤੇ ਹੋਰ ਕਿਸੇ ਨੇ ਵੀ ਜੇ ਕੋਈ ਸਵਾਲ ਪੁੱਛਣਾ ਹੋਵੇ ਤੇ ਕਮੈਂਟ ਕਰਕੇ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਆਪਣੇ ਕੋਲ ਦੋ ਬੜੇ ਹੀ ਸੂਝਵਾਨ ਦਲਜੀਤ ਜੀ ਉਹਦਾ ਸਾਡਾ ਜੀ ਹੈ ਨੇ ਟਿੱਪਣੀਕਾਰ ਤੇ ਸਾਡਾ ਸਾਹਿਬ ਜੀ ਆਪਾਂ ਹੁਣ ਅੱਗੇ ਚੱਲੀਏ ਤੇ ਕਈ ਦਿਨ ਹੋਇਆ ਮਤਲਬ ਬੱਗਾ ਬੱਗਾ ਹੋਈ ਰਹੀ ਜੀ ਆਪਣਾ ਫੇਸਬੁੱਕ ਤੇ ਸੋਸ਼ਲ ਮੀਡੀਆ ਦੇ ਗੱਲੋਂ ਖਬਰਾਂ ਦੇ ਗੱਲੋਂ ਹਰ ਚੈਨਲ ਤੇ ਗੱਲੋਂ ਹਣਾ ਸਭ ਨੇ ਵੱਧ ਛੱਡ ਗਏ ਜਿੱਦਾਂ ਦੇ ਵੀ ਕੋਈ ਹੈਡਿੰਗ ਪਾ ਸਕਦਾ ਸੀ ਉਦਾਂ ਦੇ ਹੈਡਿੰਗ ਪਾਏ ਤੇਜਿੰਦਰ ਬੱਗਾ ਦੀ ਮੈਂ ਗੱਲ ਕਰ ਰਿਹਾ ਜਿਹੜੇ ਉਹਨਾਂ ਨੇ ਪੰਜਾਬ ਪੁਲਿਸ ਗਈ ਸੀ ਦਿੱਲੀ ਤੋਂ ਉਹਨਾਂ ਨੂੰ ਫੜਨ ਜੀ ਤੇ ਉਹਦੇ ਬਾਰੇ ਲਸਾੜਾ ਸਭ ਤੁਸੀਂ ਪਾਓ ਥੜਾ ਚਾਨਣਾ ਵੀ ਹੁਣ ਕੀ ਚੱਲ ਰਿਹਾ ਉਸ ਕੇਸ ਦੇ ਵਿੱਚ ਹੁਣ ਕੀ ਮਤਲਬ ਮੌਜੂਦਾ ਕੀ ਹਾਲਾਤ ਨੇ ਕੀ ਸਥਿਤੀ ਹੈ ਜੀ ਬਿਲਕੁਲ ਜੀ ਇਹ ਵੀ ਹਾਈ ਪ੍ਰੋਫਾਈਲ ਕੇਸ ਬਣ ਗਿਆ ਅ ਕੋਸ਼ਿਸ਼ ਕਰਾਂਗੇ ਕਿ ਮੈਂ ਜਲਦੀ ਤੋਂ ਜਲ ਤੱਥਾਂ ਦੇ ਨਾਲ ਹੀ ਸਮੇਟ ਦਮਾ ਦੇਖੋ ਜੇ ਇਸ ਆਪਾਂ ਜ਼ਿਆਦਾਤਰ ਆ ਦੇ ਉਹਦਾ ਪੂਰਾ ਨਾਮ ਨਹੀਂ ਹੁਣ ਲਿਆ ਉਹਨਾਂ ਨੂੰ ਬੱਗਾ 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 ਹੋਈ ਪਈ ਆ ਮੈਂ ਵੀ ਸ਼ਬਦ ਤੇਂਦਰ ਜਗ੍ਹਾ ਤੋਂ ਬੱਗਾ ਹੀ ਵਰਤਾਂਗਾ ਸਮਾਜਵਾਦ ਚੱਲੇਗਾ ਦੇਖੋ ਬੱਗਾ ਕੋਈ ਬਹੁਤ ਵੱਡੀ ਹਾਈ ਪ੍ਰੋਫਾਈਲ ਪਰਸੋਨੈਲਿਟੀ ਨਹੀਂ ਸੀਗਾ ਕੋਈ ਇਹਦੇ ਕੋਲ ਕੋਈ ਪਤਵ ਨਹੀਂ ਸੀ ਕੋਈ ਕੁਛ ਨਹੀਂ ਸੀ ਹੱਥ ਪੈਰ ਮਾਰ ਰਿਆ ਸੀਗਾ ਕਿ ਕਿਤੇ ਆ ਮੇਰੇ ਵੀ ਨਾ ਕੋਈ ਸਪੇਸ ਬਣ ਜਵੇ ਪੰਜਾਬ ਦੇ ਵਿੱਚ ਤਾਂ ਹੱਥ ਪੈਰੇ ਤੇ ਵੱਜਣਾ ਹੀ ਸੀ ਇਸ ਕਰਕੇ ਦਿੱਲੀ ਬੈਠਾ ਕੁਛ ਨਾ ਕੁਛ ਘਰਤਾ ਰਹਿੰਦਾ ਸੀਗਾ ਲੇਕਿਨ ਆ ਸਭ ਤੋਂ ਵੱਡੀ ਮੈਂ ਗਲਤੀ ਮੰਨਾਂਗਾ ਪੰਜਾਬ ਸਰਕਾਰ ਦੀ ਜਿਹੜੀ ਕਿਸ ਦੇ ਇਸ਼ਾਰਿਆਂ ਦੇ ਉੱਪਰ ਐਕਸ਼ਨ ਕਰ ਗਈ ਜੀ ਦੂਸਰਾ ਦੋ ਜਿਹੜੀਆਂ ਸਰਕਾਰਾਂ ਨਾਲ ਜੁੜ ਗਈਆਂ ਇੱਕ ਹਰਿਆਣੇ ਵਾਲੀ ਤੇ ਇੱਕ ਸਾਡੇ ਕੋਲ ਦਿੱਲੀ ਵਾਲੀ ਜੀ ਪਹਿਲੀ ਗੱਲ ਤਾਂ ਇਹ ਆ ਕਿ ਇਹਨਾਂ ਤਿੰਨਾਂ ਸਰਕਾਰਾਂ ਨੇ ਮਿਲ ਕੇ ਜੋ ਕਾਰਵਾਈ ਉੱਤੇ ਕੀਤੀ ਆ ਜੀ ਇਦੇ ਨਾਲ ਇੱਕ ਬਹੁਤ ਵੱਡੀ ਇਹ ਪਰਸਨੈਲਿਟੀ ਬਣ ਗਿਆ ਇੱਕ ਬਹੁਤ ਵੱਡਾ ਸ਼ਖਸੀਅਤ ਨਾਲ ਉੱਭਰਿਆ ਆ ਜਦ ਕਿ ਜਿਹੜਾ ਇਹਦਾ ਪਿਛੋਕੜ ਆ ਉਹਦੇ ਵਿੱਚ ਇਹੀ ਆ ਕਿ ਇਹ ਜੇ ਆਪਾਂ ਉਹਦੇ ਵਿੱਚ ਥੋੜੀ ਡੁਗਾਈ ਜਾਈਏ ਤਾਂ ਤੁਹਾਨੂੰ ਪਤਾ ਹੈ ਕਿ ਜਿਹੜਾ ਸਾਡੇ ਕੋਲ ਜੌਧੇ ਘਾਪੂਸ਼ਣ ਜੀ ਸੀਗੇ ਉਹਨਾਂ ਦੇ ਨਾਲ ਇਹਨਾਂ ਨੇ ਇਹਨਾਂ 'ਤੇ ਪਰ ਹਮਲਾ ਕੀਤਾ ਸੀਗਾ ਸੁਪਰੀਮ ਕੋਰਟ ਦੇ ਯਾਰਡ ਦੇ ਵਿੱਚ ਤੇ ਉਹ ਕੋਈ ਚੰਗੀ ਗੱਲ ਨਹੀਂ ਸੀਗੀ ਵੈਸੇ ਤੇ ਉਦੋਂ ਜਿਹੜੇ ਪ੍ਰਸ਼ਾਦ ਭੂਸ਼ਣ ਜੀ ਸੀਗੇ ਉਹ ਸੀਗੇ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੇ ਵਿੱਚ ਜੀ ਤੇ ਜਦੋਂ ਇਹ ਕਾਰਵਾਈ ਹੋਈ ਆ ਅਰਵਿੰਦ ਕੇਜਰੀਵਾਲ ਹੋਣੀ ਵੀ ਤਾਂ ਨਾਲੇ ਬੈਂਚਾਂ ਤੇ ਬੈਠੇ ਹੁੰਦੇ ਸੀਗੇ ਇਹੋ ਜਿਹੇ ਸਾਕਸ਼ਾਂ ਨੂੰ ਅਗਰ ਤੁਸੀਂ ਉਸ ਟਾਈਮ ਹੀ ਰੋਕਿਆ ਹੁੰਦਾ ਤਾਂ ਅੱਜ ਇਹ ਦਿਨ ਨਹੀਂ ਦੇਖਣੇ ਪੈਣੇ ਸੀ ਲੇਕਿਨ ਆਮ ਆਦਮੀ ਪਾਰਟੀ ਤੇ ਪੰਜਾਬ ਤੋਂ ਗਲਤੀ ਹੋਈ ਆ ਕਿ ਉਹਨਾਂ ਨੇ ਸਿਰਫ ਇੱਕ ਕਹਿ ਲਓ ਕਿ ਹਫੜਾ தਫੜੀ ਦੇ ਵਿੱਚ ਜਾਂ ਕਹਿ ਲਓ ਕਿ ਰਾਗਵ ਚੱਡੇ ਹੋਣੀ ਥੋੜੇ ਨੰਬਰ ਬਣਾਉਣ ਦੇ ਚੱਕਰਾਂ ਦੇ ਵਿੱਚ ਕਿ ਚਲੋ ਆਕੇ ਦੇ ਮੂਰੇ ਨੰਬਰ ਬਣਾ ਦਈਏ ਫਟਾਫਟ ਟੀਮਾਂ ਭੇਜ ਦਿੱਤੀਆਂ ਗਈਆਂ ਲੇਕਿਨ ਪ੍ਰੋਸੀਜਰ ਫੋਲੋ ਨਹੀਂ ਕੀਤਾ ਗਿਆ ਸਿਰ ਪੰਜਾਬ ਪੁਲਿਸ ਨੇ ਕੀ ਕੀਤਾ ਕਿ ਮੈਜਿਸਟਰੇਟ ਦੇ ਜਿਹੜੇ ਟਰਾਂਜ਼ਿਟ ਆਰਡਰ ਹੁੰਦੇ ਆ ਉਹਨਾਂ ਨੂੰ ਸਾਹਮਣੇ ਰੱਖ ਕੇ ਨਹੀਂ ਕਾਰਵਾਈ ਕੀਤੀ ਸਿਰ ਮਹਾਲੀ ਤੋਂ ਇੱਕ ਬਰਾਂਟ ਲੈ ਲਿਆ ਤੇ ਚਲੋ ਜੀ ਇਹ ਵੀ ਫੜੋ ਫੜਾਈ ਕਰਵਾ ਦਿਓ ਇਹਦੇ ਵਿੱਚ ਹੁਣ ਪੰਜਾਬ ਪੁਲਿਸ ਭੱਜੀ ਹੈਗੀ ਕਿਸੇ ਦੇ ਇਸ਼ਾਰੇ ਦੇ ਉੱਪਰ ਜੀ ਪੰਜਾਬ ਪੁਲਿਸ ਨੇ ਆਕਰ ਉਹ ਬੰਦਾ ਉੱਥੋਂ ਚੱਕਿਆ ਆ ਉਹਦੇ ਪ੍ਰੋਪਰ ਟਰਾਂਜ਼ਿਟ ਆਰਡਰ ਨਹੀਂ ਲੈ ਹੈਗੇ ਇਹ ਉਹਨਾਂ ਦੀ ਪਹਿਲੀ ਗਲਤੀ ਸੀਗੀ ਜੀ ਦੂਸਰਾ ਜੇਸ ਮਹਾਲੀ ਤਾਂ ਉਹਨਾਂ ਨੇ ਬਰਾਂਟ ਚੱਕੇ ਆ ਉੱਥੋਂ ਬਰਾਂਟ ਚੱਕਣੇ ਜਾਇਜ਼ ਬਣਦੇ ਨਹੀਂ ਸੀਗੇ ਕਿਉਂਕਿ ਉੱਥੇ ਤਾਂ ਕੁਝ ਹੋਰ ਕੇਸ ਪਿਆ ਹੋਇਆ ਸੀ ਉਹਦੇ ਤੇ ਮਾਫੀ ਵੀ ਉਹਨਾਂ ਨੇ ਮੰਗ ਲਈ ਸੀਗੀ ਕਿ ਮੈਂ ਇਹਨੂੰ ਸੌਟ ਆਊਟ ਕਰਨਾ ਜਾ ਰਿਹਾ ਆ ਹਾਂ ਜੀ ਹੁਣ ਜੇ ਕੋਈ ਬੰਦਾ ਤੁਸੀਂ ਚੱਕ ਕੇ ਕਿਸੇ ਹੋਰ ਸੂਬੇ ਦੇ ਵਿੱਚੋਂ ਨਿਕਲਦੇ ਆਂ ਔਰ ਉਹ ਸੂਬੇ ਦੀ ਸਰਕਾਰ ਹਰਿਆਣਾ ਸਰਕਾਰ ਦੇ ਅਮਸ਼ਿੰਦੇ ਤੁਹਾਨੂੰ ਪੁਲਿਸ ਵਾਲੇ ਰੋਕ ਲੈਂਦੇ ਆ ਇਹ ਵੀ ਇੱਕ ਹਾਸੋਣੀ ਗੱਲ ਹੋ ਜਾਂਦੀ ਆ ਵੀ ਦੋ ਬਿੱਲੀਾਂ ਦੇ ਡਰਾਏ ਚੱਲਦੀ ਸੀ ਤੀਜੀ ਬਿੱਲੀ ਐਮੀ ਵਿੱਚ ਹੁਣ ਉਹ ਤੇ ਸ਼ੱਦ ਨਹੀਂ ਲੈਣਾ ਚਾਹੁੰਦਾ ਹੈਗਾ ਵੀ ਤੁਸੀਂ ਆਪਣਾ ਕੀ ਰੋਲ ਅਦਾ ਕਰ ਰਹੇ ਹੋ ਲੇਕਿਨ ਪਹਿਲੀ ਬਿੱਲੀ ਤੇ ਜਿਹੜੀ ਆ ਅਸਲ 'ਚ ਬਿੱਲੀ ਨਹੀਂ ਸੀਗੀ ਕੋਈ ਹੋਰ ਉਹਦਾ ਨਾਂ ਹੁੰਦਾ ਆ ਉਹਨਾਂ ਦੋਨਾਂ ਨੂੰ ਅੰਗੂਠਾ ਦਿਖਾ ਕੇ ਪਿਛਲੇ ਜਿਹੜੇ ਕੇਂਦਰ ਵਾਲੇ ਆ ਜਾਂ ਦਿੱਲੀ ਵਾਲੇ ਆ ਉਸ ਬੰਦੇ ਨੂੰ ਫੇਰ ਦੁਬਾਰਾ ਪਿੱਛੇ ਲੈ ਜਾਂਦੇ ਆ ਇਹ ਸਭ ਤੋਂ ਵੱਡੀ ਨਮੋਸ਼ੀ ਆ ਕਿ ਸਿਸਟਮ ਕਿਸ ਤਰ੍ਹਾਂ ਦਾ ਚੱਲ ਰਿਹਾ ਆ ਸੋ ਇਹਨਾਂ ਮੈਂ ਜਰਾ ਥੋੜਾ ਜਿਹਾ ਹੋਰ ਲਾਗੇ ਘਰ ਦਮਾ ਹੁਣ ਪਹਿਲੀ ਗੱਲ ਤਾਂ ਇਹ ਆ ਕਿ ਕੋਰਟ ਨੇ ਉਹਨਾਂ ਦੇ ਉੱਪਰ 5 ਜੁਲਾਈ ਤੱਕ ਗ੍ਰਿਫਤਾਰੀ ਦੀ ਰੋਕ ਲਗਾ ਦਿੱਤੀ। ਵੈਸੇ ਕਹਿਣੇ ਲੱਗਿਆ ਤੁਸੀਂ ਇਹਨੂੰ ਲਾਗੇ ਕਰੋ ਹੁਣ। ਹਾਂਜੀ। ਠੀਕ ਹੈ ਜੀ। ਬੜਾ ਹੀ ਬੈਕਗ੍ਰਾਉਂਡ। ਤੇ ਇਹਦੀ ਜਿਹੜੀ 6 ਜੁਲਾਈ ਦੀ ਆ ਅਗਲੀ ਸੁਣਵਾਈ ਆ। ਜੀ। ਤੇ ਇਹਦੇ ਵਿੱਚ ਮੇਰੇ ਖਿਆਲ ਆ ਜਿਹੜੀ ਪੰਜਾਬ ਸਰਕਾਰ ਆ ਉਹਨੇ ਵੈਸੇ ਹੀ ਨਾ ਪੱਲਾ ਪਿੱਛੇ ਨੂੰ ਖਿੱਚ ਲਿਆ ਕਿ ਅਸੀਂ ਤਾਂ ਗ੍ਰਿਫਤਾਰੀ ਮੰਗੀ ਨਹੀਂ ਰਹੀ ਹੈਗੀ। ਜੀ ਜੀ ਜੀ। ਤੇ ਮਨਜੀਤ ਬੋਪਰਾ ਜੀ ਪ੍ਰੋਗਰਾਮ ਨੂੰ ਦੇਖ ਰਹੇ ਨੇ, ਗੁਰਪਾਲ ਸਿੰਘ ਜੀ ਦੇਖ ਰਹੇ ਨੇ। ਧੰਨਵਾਦ। ਥੈਂਕ ਯੂ। ਜੇ ਕੋਈ ਸਵਾਲ ਹੋਵੇ ਤੁਸੀਂ ਕਮੈਂਟ ਤੇ ਦਿਲਜੀਤ ਜੀ ਜਿਹੜੇ ਹੁਣ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਜਿੱਦਾਂ ਵੀ ਚੱਲਦਾ ਆ ਵੀ ਬਾਰਡਰ ਸਾਰਿਆਂ ਨੂੰ ਪਤਾ ਪੰ ਪੰਜਾਬ ਬਾਰਡਰ ਸਟੇਟ ਐ ਤੇ ਹੁੰਦਾ ਹੀ ਆ ਜਦੋਂ ਵੀ ਕੋਈ ਹੱਲਾ ਗੁੱਲਾ ਹੁੰਦਾ ਜਿੱਦਾਂ ਹੁਣ ਆ ਬੰਬ ਫਟੇ ਨੇ ਦੋ ਆ ਪੁਲਿਸ ਆਪਣੀ ਜਿਹੜੀ ਬਿਲਡਿੰਗ ਆ ਉਹਦੇ ਉੱਪਰ ਇਹਨੂੰ ਤੁਸੀਂ ਕਿੱਦਾਂ ਵੇਖਦੇ ਹੋ ਦੇਖੋ 노 ਡਾਊਟ ਕਿ ਕੈਪਟਨ ਮਨਿੰਦਰ ਸਿੰਘ ਉਹਨਾਂ ਦਾ ਮੇਨ ਇਹ ਇਸ਼ੂ ਹੁੰਦਾ ਸੀ ਜਦੋਂ ਇਲੈਕਸ਼ਨਸ ਹੋਈਆਂ 노 ਡਾਊਟ ਕਿ ਸਰਕਾਰ ਜਿਹੜੀ ਪੰਜਾਬ ਸਰਕਾਰ ਆ ਇਹਦੀ ਪ੍ਰਾਇੋਰਟੀ ਇਹੀ ਗੱਲ ਦੇ ਉੱਤੇ ਹੁੰਦੀ ਆ ਕਿ ਇਹਨੂੰ ਜਿਹੜੀਆਂ ਟੈਰਰਿਸਟ ਐਕਟੀਵਿਟੀਜ਼ ਆ ਉਹਦੇ ਨਾਲ ਕਿਦਾਂ ਨਜਾਤ ਪਾਇਆ ਜਾਵੇ ਜੀ ਜੀ ਕੈਪਟਨ ਅਮਰਿੰਦਰ ਸਿੰਘ ਹਰ ਵਾਰੀ ਇਹੀ ਗੱਲ ਕਹਿੰਦੇ ਹੁੰਦੇ ਸੀ ਕਿ ਮੇਥੋਂ ਬਿਨਾ ਇਹਨੂੰ ਹੈਂਡਲ ਨਹੀਂ ਕੋਈ ਕਰ ਸਕਦਾ ਉਹ ਫੇ ਲੋਕੀ ਜਿਹੜੇ ਮਜ਼ਾਕ ਕਰਨ ਵਾਲੇ ਆ ਉਹਨੂੰ ਹੋਰ ਚੀਜ਼ਾਂ ਵੀ ਲਾਖਦੇ ਵੀ ਇਹਨਾਂ ਦੇ ਜਿਹੜੇ ਉੱਥੇ ਬਹੁਤ ਵਧੀਆ ਸਬੰਧ ਹੈ ਪਾਕਿਸਤਾਨ ਦੇ ਨਾਲ ਇਹ ਕਰਕੇ ਸ਼ਾਇਦ ਹੋ ਕੋਈ ਜਿੱਤਦਾ ਨਹੀਂ ਹੁੰਦੀ ਪਰ ਪਿਛਲੇ ਕੁਝ ਦਿਨਾਂ ਤੋਂ ਚਾਹੇ ਉਹ ਇਕੱਲੇ ਆਪ ਪੰਜਾਬ ਦੀ ਨਾ ਗੱਲ ਕਰੀਏ ਚਾਹੇ ਹਿਮਾਚਲ ਦੀ ਗੱਲ ਕਰ ਲਈਏ ਕਿ ਉੱਥੇ ਖਾਲਿਸਤਾਨ ਦੇ ਝੰਡੇ ਜਿਹੜੇ ਲਹਿਰਾਏ ਗਏ ਉਹਨਾਂ ਦਾ ਸਿੱਧਾ ਸਬੰਧ ਜਿਹੜਾ ਆ ਗੌਰਪਤਵੰਤ ਸਿੰਘ ਪੰਨੂਹਣਾ ਦੇ ਨਾਲ 6 for justice ਸੰਸਥਾ ਜਿਹੜੀ ਆ ਉਹਨਾਂ ਦੇ ਨਾਲ ਵੀ ਜੋ ਜਿਹੜੇ ਕੇਸ ਆ ਹੋਰ ਵੀ ਪਏ ਆ ਪਹਿਲਾਂ ਵੀ ਇਦਾਂ ਦੀਆਂ ਕਾਰਵਾਈਆਂ ਉਹਨਾਂ ਨੇ ਸਾਊ ਕਾਰਵਾਈਆਂ ਆਪਾਂ ਕਹਿ ਸਕਦੇ ਹਾਂ ਕੀਤੀਆਂ ਜੀ ਪਰ ਆ ਰਾਕਟ ਲਾਂਚ ਇਹਨੂੰ ਚਲਾਉਣਾ ਖਾਸ ਤੌਰ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਜਿਹੜਾ ਕਿ ਪੁਲਿਸ ਦੇ ਉੱਤੇ ਇੱਕ ਤਰ੍ਹਾਂ ਦਾ ਸਿੱਧਾ ਹਮਲਾ ਸਿਕਿਉਰਿਟੀ ਦੇ ਉੱਤੇ ਸਿੱਧਾ ਕਹ ਹਮਲਾ ਇਹ ਤੋਂ ਸਾਡੀ ਪੋਲ ਇਸ ਗੱਲੋਂ ਵੀ ਖੋਲਦੀ ਆ ਕਿ ਸਾਡੀਆਂ ਜਿਹੜੀਆਂ ਖੂਫੀਆਂ ਜਿਹੜੀਆਂ ਸੰਸਥਾਵਾਂ ਆ ਉਹਨਾਂ ਦਾ ਕੰਮਕਾਰ ਕਿਦਾਂ ਦਾ ਜਿੱਥੇ ਕਹਿ ਸਕਦੇ ਵੀ ਚਿੜੀ ਪਰ ਨਹੀਂ ਮਾਰਦੀ ਪਿਆ ਪਿਆ 60 60 ਕਮਰੇ ਜਿਹੜੇ ਇੱਕ ਕੋਰੀਡੋਰ ਦੇ ਵਿੱਚ ਲੱਗੇ ਹੋਏ ਆ ਕੈਮਰੇ ਲੱਗੇ ਹੋਏ ਆ ਉਹਦੇ ਵਿੱਚ ਜਾ ਕੇ ਇੱਕ ਬਾਹਰੋਂ ਇੱਕਦਾਂ ਰੌਕਟ ਚੱਲਦਾ ਤੇ ਚੱਲ ਕੇ 7:43 ਕਮਿੰਟ ਦੇ ਉੱਤੇ ਇਹ ਚੱਲਦਾ ਪਰ ਸਭ ਤੋਂ ਚੰਗੀ ਗੱਲ ਇਹ ਹੋਈ ਆ ਕਿ ਕੋਈ ਜਾਨੀ ਨਕ ਪਾਕਿਸਤਾਨ ਨਹੀਂ ਹੋਇਆ ਹਾਂਜੀ ਹਾਂ ਪਰ ਇਹਦਾ ਜਿਹੜਾ ਹੁਣ ਨੋਟਿਸ ਏ ਜਦੋਂ ਇਹਦੀ ਹੋਇਆ ਉਹਦਾ ਜਿਹੜਾ ਲਾਂਚ ਰਿਆ ਉਹ ਵੀ ਮਿਲ ਗਿਆ ਆ ਇਹ ਕਿਹਾ ਜਾ ਰਿਹਾ ਵੀ ਇਹ ਰਸ਼ੀਆ ਮੇਡ ਸੀ ਰਸ਼ੀਅਨ ਮੇਡ ਓਕੇ ਕਿਉਂਕਿ ਜ਼ਿਆਦਾਤਰ ਜਿਹੜੇ ਪਾਕਿਸਤਾਨ ਤੋਂ ਹਥਿਆਰ ਮਿਲਦੇ ਆ ਉਹ ਅਮਰੀਕਨ ਮੇਡ ਆ ਜਿਹੜੇ ਅਤਵਾਦੀਆਂ ਦੇ ਕੋਲ ਜਾਂਦੇ ਆ ਪਰ ਪਿਛਲੇ ਕੁਝ ਸਮੇਂ ਤੋਂ ਇਹ ਰਸ਼ੀਅਨ ਮੇਡ ਵੀ ਮਿਲਣ ਲੱਗੇ ਆ ਉਹਦਾ ਕਾਰਨ ਇਹ ਦੱਸਦੇ ਆ ਵੀ ਤਾਲਿਬ ਜਦੋਂ ਅਮਰੀਕਾ ਤਾਲਿਬਾਨ ਨੂੰ ਛੱਡ ਕੇ ਗਿਆ ਉੱਥੇ ਅਫਗਾਨਿਸਤਾਨ ਦੇ ਵਿੱਚ ਉੱਥੇ ਜਿਹੜੇ ਕਿਉਂਕਿ ਤਾਲਿਬਾਨ ਜਿਹੜੇ ਆ ਉਹ ਇੰਨੇ ਵਧੀਆ ਉਹਨਾਂ ਨੂੰ ਟਾਈਮ ਬਹੁਤ ਲੱਗਦਾ ਸੀ ਜਿਹੜੇ ਅਮਰੀਕਨ ਜਿਹੜੇ ਹਥਿਆਰ ਬਣੇ ਹੋਏ ਸੀ ਉਹਨਾਂ ਨੂੰ ਸਿੱਖਣ ਦੇ ਲਈ ਉਹਨਾਂ ਨੂੰ ਟਾਈਮ ਲੱਗਦਾ ਸੀ ਇਸ ਕਰਕੇ ਉਹਨਾਂ ਨੇ ਜਿਹੜੇ ਰਸ਼ੀਆ ਦੇ ਨਾਲ ਹੋਰ ਜਿਹੜੇ ਦੇਸ਼ ਆ ਉਹਨਾਂ ਤੋਂ ਹਥਿਆਰ ਲੈ ਕੇ ਇਹਨਾਂ ਨੂੰ ਦਿੱਤੇ ਸੀ ਸਖਲਾਈ ਲੈਣ ਦੇ ਲਈ ਉਹ ਬਾਅਦ ਵਿੱਚ ਉਹੀ ਜਿਹੜੇ ਫੌਜ ਜਿਹੜੀ ਅਫਗਾਨ ਫੌ ਤੇ ਤਾਲਿਬਾਨ ਦੇ ਹੱਥ ਆ ਗਏ ਤੇ ਤਾਲਿਬਾਨ ਨੇ ਆਈਐਸਆਈ ਤੇ ਹੋਰ ਜਿਹੜੇ ਟੈਰੋਰਿਸਟ ਗਰੁੱਪ ਹੈਗੇ ਆ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਉਹ ਵੇਚੇ ਆ ਜੀ ਇਹ ਸਮਝਿਆ ਜਾ ਰਿਹਾ ਜੋ ਪੁਲਿਸ ਦਾ ਕਹਿਣਾ ਇਹ ਹੈਗਾ ਕਿ ਸ਼ਾਇਦ ਇਹ ਡਰੋਨ ਦੇ ਜ਼ਰੀਏ ਬਾਰਡਰ ਦੇ ਇਲਾਕੇ ਤੋਂ ਇਹ ਇੱਧਰ ਸਿੱਟੇ ਗਏ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਰਨਾਲ ਤੇ ਤਾਰਨ ਤਾਰਨ ਦੇ ਵਿੱਚ ਕੁਝ ਵਿਅਕਤੀ ਇਦਾਂ ਦੇ ਫੜੇ ਗਏ ਜਿਨ੍ਹਾਂ ਤੋਂ ਅਸਲਾ ਵੀ ਬਰਾਮਦ ਹੋਇਆ ਤੇ ਉਹਨਾਂ ਦੇ ਜਿਹੜੇ ਲਿੰਕ ਆ ਉਹ ਪਾਕਿਸਤਾਨ ਦੇ ਵਿੱਚ ਕੁਝ ਲੋਕ ਬੈਠੇ ਆ ਉਹਨਾਂ ਦੇ ਨਾਲ ਵੀ ਜੋੜੇ ਗਏ ਖਾਸ ਤੌਰ ਦੇ ਉੱਤੇ ਹਰਵਿੰਦਰ ਸਿੰਘ ਰਿੰਦਾ ਉਹਨਾਂ ਦਾ ਨਾਮ ਵੀ ਇਹਦੇ ਵਿੱਚ ਲਿਆ ਜਾ ਰਿਹਾ ਕੁਝ ਹੋਰ ਇੱਥੇ ਇਹਦੇ ਵਿੱਚ 12 ਸ਼ੱਕੀ ਜਿਹੜੇ ਵਿਅਕਤੀ ਆ ਉਹਨਾਂ ਨੂੰ ਮਦਦ ਜਿਹੜੀ ਉਹਨਾਂ ਤੋਂ ਪੁਛਗਛ ਚੱਲ ਰਹੀ ਆ ਕੁਝ ਬਾਹਰ ਜਮਾਨ ਦੇ ਉੱਤੇ ਆ ਤੇ ਕੁਝ ਜਿਹੜੇ ਆ ਜੇਲ੍ਹ ਦੇ ਅੰਦਰ ਹੀ ਬੈਠੇ ਆ ਉਹਨਾਂ ਨੂੰ ਵੀ ਦੇਖਿਆ ਜਾ ਰਿਹਾ ਕਿ ਉਹਨਾਂ ਦੀ ਭੂਮਿਕਾ ਇੱਥੇ ਕਿੱਦਾਂ ਦੀ ਆ ਜੀ ਜੀ ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈਗੀ ਆ ਕਿ ਜਦੋਂ ਦੀ ਆਮ ਆਦੀ ਪਾਰਟੀ ਆਈ ਆ ਉਹ ਤੋਂ ਬਾਅਦ ਕੁਸ਼ਕ ਇਦਾਂ ਦਾ ਸੂਚਕ ਦਿੱਤਾ ਜਾ ਰਿਹਾ ਕਿ ਇੱਥੇ ਜਿਹੜੀ ਕਾਨੂੰਨ ਵਿਵਸਥਾ ਆ ਉਹ ਜਿਹੜੀ ਆ ਉਹ ਸਹੀ ਨਹੀਂ ਉਹਦੇ ਵਿੱਚ ਕੋ ਹੋ ਸਕਦਾ ਹੈ ਕਿ ਕਿਸੇ ਦੀ ਇਨਵੋਲਮੈਂਟ ਜਿਹੜੀ ਆ ਉਹ ਵੀ ਹੋਵੇ ਇਸ ਕਰਕੇ ਇਹਦੀ ਜਿਹੜੀ ਬਹੁਤ ਵਧੀਆ ਤਰੀਕੇ ਦੇ ਨਾਲ ਹੋਣੀ ਚਾਹੀਦੀ ਆ ਕਾਰਵਾਈ ਇਹਦੇ ਉੱਤੇ ਇਨਵੈਸਟੀਗੇਸ਼ਨ ਵਧੀਆ ਤਰੀਕੇ ਦੇ ਨਾਲ ਹੋਣੀ ਚਾਹੀਦੀ ਆ ਜਿੱਥੇ ਪੰਜਾਬ ਸਰਕਾਰ ਆਪਣੀਆਂ ਜਿਹੜੀਆਂ ਖੁਫੀਆ ਏਜੰਸੀਸ ਆ ਉਹਨਾਂ ਦੇ ਨਾਲ ਕੰਮ ਕਰ ਰਹੀ ਆ ਨਾਲ ਦੀ ਨਾਲ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਐਨਆਈਏ ਉਹ ਵੀ ਦੇ ਵਿੱਚ ਆਈ ਹੈ ਤੇ ਉਹਨਾਂ ਨੇ ਵੀ ਆ ਕੇ ਇਹਦੇ ਮਾਮਲੇ ਦੇ ਵਿੱਚ ਪੁੱਛਗਛ ਸ਼ੁਰੂ ਕੀਤੀ ਹੈ ਜੀ ਜੀ ਲਸਾੜਾ ਸਾਹਿਬ ਜਿੱਦਾਂ ਦਲਜੀਤ ਜੀ ਨੇ ਇਹ ਗੱਲ ਕੀਤੀ ਜਿਵੇਂ ਪੰਜਾਬ 'ਚ ਨਵੀਂ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਤੇ ਆਮ ਆਦਮੀ ਪਾਰਟੀ ਵਾਲੇ ਚਾਹ ਰਹੇ ਨੇ ਕਿ ਹਿਮਾਚਲ ਦੇ ਵਿੱਚ ਇਲੈਕਸ਼ਨ ਹੋਣੇ ਦੀ ਵੀ ਅਸੀਂ ਉੱਥੇ ਵੀ ਇਲੈਕਸ਼ਨ ਲੜੀਏ ਵੀ ਅਸੀਂ ਆਪ ਦਾ ਹੋ ਸਕੇਦਾ ਉੱਥੇ ਵੀ ਜਿੱਤ ਪ੍ਰਾਪਤ ਕਰੀਏ ਤੇ ਇਹ ਤੁਹਾਨੂੰ ਵੀ ਇਹ ਲੱਗਦਾ ਵੀ ਇਹਦੇ ਪਿੱਛੇ ਕੋਈ ਇਦਾਂ ਦੇ ਵੀ ਖਦਸ਼ਾ ਹੋ ਸਕਦਾ ਕਿ ਇਹਨਾਂ ਦੀ ਮਤਲਬ ਇਹਨਾਂ ਨੂੰ ਬਦਨਾਮ ਕੀਤਾ ਜਾਵੇ ਤਾਂ ਕਿ ਲੋਕ ਪਹਿਲਾਂ ਹੀ ਡਰ ਜਾਣ ਜਿਹੜੀਆਂ ਬਾਕੀ ਸਟੇਟਾਂ 'ਚ ਵੀ ਇਹ ਜਾਣਾ ਚਾਹੁੰਦੇ ਆ ਤਾਂ ਇਹ ਮਤਲਬ ਪੰਜਾਬ ਚ ਮਤਲਬ ਹੱਲਾ ਗੁੱਲਾ ਕਰਾ ਕੇ ਤੇ ਮਤਲਬ ਇਹਨਾਂ ਨੂੰ ਰੋਕਿਆ ਜਾ ਸਕੀ ਕਿਸੇ ਤਰੀਕੇ ਅ ਇਹਦੇ ਵਿੱਚ ਕੋਈ ਅਤਕਤ ਨਹੀਂ ਨਹੀਂ ਹੈਗੀ ਇਸ ਤਰ੍ਹਾਂ ਦੇ ਕਾਰਨਾਮੇ ਪਹਿਲਾਂ ਵੀ ਹੁੰਦੇ ਰਹੇ ਆ ਜੀ ਪਰ ਜਦੋਂ ਹੁਣ ਅਸੀਂ ਟੀਵੀ ਦੇ ਪ੍ਰੋਗਰਾਮ ਤੇ ਬੈਠੇ ਆ ਅ ਇਹਦੇ ਵੀ ਟਿੱਪਣੀ ਦੇ ਵਿੱਚ ਨਾਂ ਲਏ ਬਗੈਰ ਮੈਂ ਏਸੀ ਦੀ ਜ਼ਰੂਰ ਪੋਸਟਿੰਗ ਕਰ ਦੰਨਾ ਜੀ ਕਿ ਇਹ ਕੋਈ ਨਵੀਆਂ ਗੱਲਾਂ ਨਹੀਂ ਹੈਗੀਆਂ ਜੀ ਅ ਖਿਆਲ ਇਹਦੇ ਵਿੱਚ ਇਹ ਰੱਖਣ ਵਾਲਾ ਆ ਖਾਸ ਕਰਕੇ ਲਕਾਈ ਨੂੰ ਤੇ ਖਾਸ ਕਰਕੇ ਜਿਹੜੀ ਪੰਜਾਬ ਦੀ ਅ ਅਮਾਨ ਸਾਹਿਬ ਦੀ ਪੂਰੀ ਪੂਰਾ ਮੰਤਰੀ ਮੰਡਲ ਆ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਇਸ ਸੂਬਿਆਂ ਦੇ ਵਿੱਚ ਨਾ ਬੀਜੇਪੀ ਦੇ ਸਰਕਾਰਾਂ ਚੱਲਦੀਆਂ ਆयां ਉੱਥੇ ਇਸ ਤਰ੍ਹਾਂ ਦੀ ਹਰਕਤਾਂ ਨਹੀਂ ਹੁੰਦੀ ਹੈਗੀਆਂ ਹਮ ਅਗਰ ਆਮ ਆਦਮੀ ਪਾਰਟੀ ਨੇ ਜਿੱਥੇ ਵੀ ਜਿੱਤੇ ਦਰਜ ਕੀਤੀ ਆ ਜਾਂ ਕਰਨ ਦਾ ਇਰਾਦਾ ਆ ਉਹ ਉਹੀ ਸਟੇਟਾਂ ਨੇ ਜਿੱਥੇ ਬੀਜੇਪੀ ਦਾ ਬੋਲਬਾਲਾ ਨਹੀਂ ਹੈਗਾ ਕਿਉਂਕਿ ਆਮ ਆਦਮੀ ਪਾਰਟੀ ਕੋਸ਼ਿਸ਼ ਕਰ ਰਹੀ ਹੈ ਕਿ ਕਾਂਗਰਸ ਦੀ ਸੀਟ ਨੂੰ ਰਿਪਲੇਸ ਕਰਕੇ ਅਸੀਂ ਉੱਥੇ ਜਗ੍ਹਾ ਬਣਾ ਲਈ ਜੀ ਇਸ ਕਰਕੇ ਸਾਨੂੰ ਮੰਨਣਾ ਪਏਗਾ ਕਿ ਜੇ ਆਮ ਆਦਮੀ ਪਾਰਟੀ ਵਾਲੇ ਇਹ ਚਾਹਣ ਕਿ ਨਾ ਅਸੀਂ ਭਾਜਪਾ ਨੂੰ ਰਿਪਲੇਸ ਕਰ ਰਹੇ ਹਾਂ ਇਸ ਟਾਈਮ ਜੀ ਸ਼ਾਇਦ ਹਜੇ ਨਹੀਂ ਅਜੇ ਨੂੰ ਬਹੁਤ ਸਾਲ ਲੱਗਣਗੇ ਇਸ ਕਰਕੇ ਜੇ ਇਹ ਮਿਸਟਰੀ ਨੂੰ ਥੋੜਾ ਜਿਹਾ ਆਪਾਂ ক্লোਜ਼ ਤੋਂ ਦੇਖੀਏ ਨਾ ਲਾਗੇ ਤੋਂ ਦੇਖੀਏ ਫਿਰ ਆਪਾਂ ਮੰਨ ਸਕਦੇ ਹਾਂ ਕਿ ਕਈ ਵਾਰ ਕੇਂਦਰ ਦੇ ਇਸ਼ਾਰੇ ਦੇ ਉੱਪਰ ਜਾਂ ਕੇਂਦਰ ਦੀਆਂ ਏਜੰਸੀਆਂ ਜੀ ਜਾਂ ਪੂਰਾ ਤਾਣਾ ਬਾਣਾ ਖੱਬੇ 'ਚ ਵਿਰੋਧੀ ਵੀ ਮਿਲ ਜਾਂਦੇ ਕਈ ਵਾਰ ਸਾਨੂੰ ਦਿਸਦਾ ਹੁੰਦਾ ਕਿ ਅੱਜ ਉਹਨਾਂ ਦੇ ਨਾਲ ਤਾਂ ਨਹੀਂ ਬੈਠੇ ਹੈਗੇ ਜੀ ਪਰ ਅੰਦਰੋਂ ਖਾਤੀ ਕੇ ਉਪਰ ਬੈਠੇ ਵੀ ਹੁੰਦੇ ਆ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋ ਜੰਨੀਆਂ ਪਰ ਇੱਥੇ ਮੈਂ ਇੱਕ ਹੋਰ ਟਿੱਪਣੀ ਜ਼ਰੂਰ ਦਿੰਦਾ ਚੱਲਾਂ ਦਲਜੀਤ ਜੀ ਨੇ ਵੈਸੇ ਕਾਫੀ ਬਰੀਕੇ ਨਾਲ ਦੱਸਤਾ ਥੋੜਾ ਜਿਹਾ ਜਿਹੜਾ ਮਾਨ ਸਾਹਿਬ ਨੂੰ ਨਾ ਇਹਦੇ ਵਿੱਚ ਜਲਦਬਾਜ਼ੀ ਕਰਨੀ ਤਾਂ ਕਈ ਵਾਰ ਪੈ ਜਾਂਦੀ ਹੈ ਕਿ ਬਿਆਨ ਦੇਣਾ ਪੈਂਦਾ ਪ੍ਰੈਸ ਦੇ ਵਿੱਚ ਆ ਕੇ ਲੇਕਿਨ ਆ ਇੱਕ ਪਾਸੇ ਤੁਹਾਡਾ ਡੀਜੀਪੀ ਆ ਕਿਉਂਕਿ ਪੁਲਿਸ ਦਾ ਮਾਮਲਾ ਆ ਗ੍ਰਨੇਡ ਆ ਜਿਹੜਾ ਕਹਿੰਦੇ ਵੀ ਆ ਆਰਪੀਜੀ ਗ੍ਰਨੇਡ ਕਹਿੰਦੇ ਉਹਨੂੰ ਰਾਕਟ ਪ੍ਰੋ ਲੈਂਡ ਗ੍ਰਨੇਡ ਦੇ ਚ ਨਾਈਟ੍ਰੋਜਨ ਬਾਰਾ ਮਿਕਸਰ ਹੁੰਦੇ ਕਾਫੀ ਘਾਤਕ ਹੁੰਦਾ ਪੈਸੇ ਜੀ ਨੁਕਸਾਨ ਚਲੋ ਨਹੀਂ ਹੋਇਆ ਮਾਨ ਸਾਹਿਬ ਨੇ ਪ੍ਰੈਸ ਕਾਨਫਰੈਂਸ ਕਰਕੇ ਇਹ ਕਹਿ ਦਿੱਤਾ ਕਿ ਆ ਅਜਿੰਿਆ ਗਾਰਵਾਈਆਂ ਅੱਗੇ ਤੋਂ ਨਹੀਂ ਹੋਣ ਦਵਾਗੇ ਤੇ ਕੁਝ ਗ੍ਰਿਫਤਾਰੀਆਂ ਹੋ ਗਈਆਂ ਤੇ ਕੁਝ ਗ੍ਰਿਫਤਾਰੀਆਂ ਦੀ ਕਰਨ ਜਾ ਰਹੇ ਆ ਇੱਕਦਮ ਇੱਕ ਘੰਟੇ ਦੇ ਅੰਦਰ ਅੰਦਰ ਸਾਡੇ ਡੀਜੀਪੀ ਪੰਜਾਬ ਦੇ ਬਰੇਸ਼ ਕੁਮਾਰ ਭਾਮਰਾ ਜੀ ਆਏ ਕਹਿੰਦੇ ਨੇ ਕਿ ਕੋਈ ਗ੍ਰਿਫਤਾਰੀ ਹਜੇ ਹੋਈ ਨਹੀਂ ਹੈਗੀ ਹੂੰ ਲੇਕਿਨ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਇਸ ਤਰ੍ਹਾਂ ਦਾ ਕੁਝ ਲੱਭ ਲਈਏ ਵੀ ਕਿੱਥੋਂ ਇਹ ਕਾਰਵਾਈ ਹੋਈ ਆ ਤੁਹਾਡਾ ਕਹਿਣ ਤੋਂ ਭਾਵ ਕੀ ਪ੍ਰਾਣੀ ਟ੍ਰੈਡੀਸ਼ਨਲ ਪੋਲਿਟਿਕਸ ਨਾ ਕਰਨ ਜਿੱਦਾਂ ਪਹਿਲਾਂ ਸੁਖਵੀਰ ਬਾਦਲ ਕੁਝ ਹੋਰ ਕਹਿਿੰਦੇ ਸੀ ਇਹ ਇਸੇ ਦਾ ਫਿਰ ਲੋਕਾਂ ਦੇ ਵਿੱਚ ਗਲਤ ਮਤਲਬ ਗਿਆ ਕਿ ਤੁਸੀਂ ਤਿਆਰੀ ਕਰਕੇ ਨਹੀਂ ਆਉਂਦੇ ਪਲੱਸ ਸੁਖਵੀਰ ਬਾਦਲ ਜੀ ਦੇ ਉਹਨਾਂ ਦਾ ਨਾਲੇ ਉਸੇ 1 ਘੰਟੇ ਬਾਅਦ ਜਦੋਂ ਇਹ ਪ੍ਰੈਸ ਕਾਨਫਰੰਸ ਡੀਜੀਪੀ ਦੀ ਹੋਈ ਆ ਨਾਲੇ ਬਿਆਨ ਆ ਗਿਆ ਕਿ ਦੇਖੋ ਇਹਨਾਂ ਦਾ ਤਾਂ ਆਪਸ ਵਿੱਚ ਤਾਲਮੇਲ ਨਹੀਂ ਬਣਦਾ ਹੈਗਾ ਸੋ ਇਹ ਥੋੜਾ ਜਿਹਾ ਸਰਕਾਰਾਂ ਨੂੰ ਵੀ ਗੌਰ ਕਰਨਾ ਪਏਗਾ ਜੀ ਜੀ ਤੇ ਗੁਰਪਿੰਦਰਪਾਲ ਸਿੰਘ ਜੀ ਪ੍ਰੋਗਰਾਮ ਦੇਖ ਰਹੇ ਧੰਨਵਾਦ ਜੀ ਲਵੀ ਕੋਸ਼ਲ ਜੀ ਲਵੀ ਕੋਸ਼ਲ ਜੀ ਕਹਿ ਰਹੇ ਕਿ ਵਧੀਆ ਇਨਫੋਰਮੇਸ਼ਨ ਥੈਂਕ ਯੂ ਸਰ ਕੁਲਦੀਪ ਕੋਰ ਜੀ ਪ੍ਰੋਗਰਾਮ ਦੇਖ ਕੇ ਧੰਨਵਾਦ ਜੀ ਰੋਕੀ ਭੁੱਲਰ ਤੇ ਬਲਵਿੰਦਰ ਸਿੰਘ ਜੀ ਪ੍ਰੋਗਰਾਮ ਦੇਖ ਰਹੇ ਨੇ ਧੰਨਵਾਦ ਜੀ ਤੁਸੀਂ ਸਮਾਂ ਮੇ ਜੋ ਸਮਾਂ ਕੱਢ ਕੇ ਪ੍ਰੋਗਰਾਮ ਦੇਖ ਰਹੇ ਹੋ ਕਿਉਂਕਿ ਅੱਜ ਕੱਲ ਟਾਈਮ ਦੇਣੇ ਸਭ ਤੋਂ ਵੱਡੀ ਗੱਲ ਹੈ ਕਿਸੇ ਨੂੰ ਵੀ ਹਨ ਜੀ ਜੀ ਦਿਲਜੀ ਜੀ ਇਸੇ ਗੱਲ ਦੇ ਨਾਲ ਹੀ ਇਹਦੇ ਨਾਲ ਹੀ ਆਪਾਂ ਅਗਲੀ ਗੱਲ ਜੋੜਦੇ ਹਾਂ ਛੋਟੀ ਜੀ ਹੋਰ ਜਿੱਦਾਂ ਇਹ ਜੋ ਕੋਸ਼ਿਸ਼ ਵੀ ਹੋਇਆ ਮਤਲਬ ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕਹਿ ਲੋ ਜਾਂ ਕਿੱਦਾਂ ਵੀ ਆ ਤੇ ਰਾਜੇ ਬੜਿੰਗ ਹੋਣੀ ਹੁਣੇ-ਹੁਣੇ ਪ੍ਰਧਾਨ ਬਣੇ ਨੇ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ ਨੇ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਵੀ ਪਾਰਟੀਆਂ ਵਾਲੇ ਕਹਿ ਰਹੇ ਨੇ ਕਿ ਆ ਕਿ ਸਰਬਸਾਂਝੀ ਮੀਟਿੰਗ ਬੁਲਾਓ ਸਾਰੀਆਂ ਪਾਰਟੀਆਂ ਦੀ ਤੇ ਉਹ ਇੱਕ ਪਾਉ ਨੂੰ ਮੀਟਿੰਗ ਕਰਨੀ ਚਾਹੀਦੀ ਆ ਤੇ ਅਕਾਲੀ ਦਲ ਦੇ ਆਪਣੇ ਪ੍ਰਧਾਨ ਸੁਖਬੀਰ ਬਾਦਲ ਜੀ ਦਾ ਟਵੀਟ ਆਉਂਦਾ ਤੇ ਉਹ ਟਵੀਟ ਨੂੰ ਵੀ ਪਸੰਦ ਨਹੀਂ ਕੀਤਾ ਜਾ ਰਿਹਾ ਫਿਰ ਤੁਹਾਡੇ ਵਾਲੀ ਪਹਿਲਾਂ ਵਾਲੀ ਗੱਲ ਆ ਜਿਹੜੀ ਆ ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਵੀ ਕੱਲ ਉਹਨੇ ਟਵੀਟ ਕੀਤਾ ਤੇ ਟਵੀਟ ਨੂੰ ਪਸੰਦ ਨਹੀਂ ਕੀਤਾ ਯਾਰ ਵੀ ਇਹ ਟਵੀਟ ਇਦਾਂ ਨਹੀਂ ਸੀ ਕਰਨਾ ਚਾਹੀਦਾ ਜਦੋਂ ਕਿ ਦੂਜੀਆਂ ਪਾਰਟੀਆਂ ਕਹਿ ਰਹੀਆਂ ਕਿ ਆਪਾਂ ਨੂੰ ਸਾਰਿਆਂ ਨੂੰ ਸਿਰ ਜੋੜ ਕੇ ਤੇ ਬਹਿਣਾ ਚਾਹੀਦਾ ਬਿਲਕੁਲ ਦੇਖੋ ਜਦੋਂ ਇਦਾਂ ਦੇ ਮੁੱਦੇ ਹੁੰਦੇ ਖਾਸ ਤੌਰ ਦੇ ਉਤੇ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਪੈ ਜਾਂਦਾ ਚਾਹੇ ਆਪਣੀ ਖੇਤਰੀ ਕੋਈ ਸਿਕਿਉਰਿਟੀ ਨੂੰ ਖਤਰਾ ਆ ਉਸ ਵੇਲੇ ਹਾਸੇ ਨਾਲ ਕੋਈ ਵੀ ਮੁੱਦਾ ਹੈਗਾ ਮੰਨ ਲਓ ਹੁਣ ਅਸੀਂ ਗੱਲ ਕਰਦੇ ਆ ਕਿ ਪਾਣੀਆਂ ਦਾ ਮੁੱਦੇ ਦੇ ਉੱਤੇ 2004 ਦੇ ਵਿੱਚ ਬਿੱਲ ਲੈ ਕੇ ਆਏ ਸੀ ਕਪਟਨ ਅਮਰਿੰਦਰ ਸਿੰਘ ਹੁਣੀ ਜੀ ਉਸ ਵੇਲੇ ਕਿਸੇ ਪਾਰਟੀ ਦੇ ਵਿੱਚ ਜੁੜੇ ਤੇ ਹੈ ਨਹੀਂ ਸੀ ਬੋਲਣ ਦੀ ਜਦ ਕਿ ਵਿਰੋਧੀ ਧਿਰ ਸਾਡੇ ਇੱਥੇ ਕੀ ਗੱਲ ਹੁੰਦੀ ਹੈ ਕੋਈ ਸਹੀ ਕੰਮ ਵੀ ਕਰਨ ਲੱਗਦਾ ਵਿਰੋਧੀ ਧਿਰ ਉਹਦੇ ਵਿੱਚ ਅਨਾਕਾਨੀ ਕਰਦਾ ਉਹਦੀ سپورਟ ਨਹੀਂ ਪੂਰੀ ਕੀਤੀ ਜਾਂਦੀ ਜੀ ਕਾਰਨ ਉਹਦਾ ਇਹੀ ਹੁੰਦਾ ਵੀ ਕ੍ਰੈਡਿਟ ਤਾਂ ਜਿਹੜਾ ਆ ਸੱਤਾਧਾਰੀ ਤੈਨੂੰ ਮਿਲਣਾ ਵੀ ਸਾਨੂੰ ਕੀ ਕਰਨ ਦੀ ਲੋੜ ਆ ਇਹ ਸਾਰ ਕੇ ਉਹਦੇ ਵਿੱਚ ਖਾਮੀਆਂ ਲੱਭ ਲੱਭੀਆਂ ਜਾਂਦੀਆਂ ਪਰ ਇਹਦਾ ਇੱਕ ਦੇਖੋ ਇਹ ਲੋਕਤੰਤਰੀ ਖੂਬਸੂਰਤੀ ਵੀ ਹੈਗੀ ਆ ਵੀ ਇਸੇ ਕਰਕੇ ਜੇ ਉਹ ਸਵਾਲ ਕਰਦੇ ਆ ਤੇ ਸੱਤਾਧਰਨ ਨੂੰ ਫਿਰ ਆਪਣੇ ਆਪ ਨੂੰ ਸਹੀ ਵੀ ਰੱਖਣਾ ਪੈਂਦਾ ਉਹ ਫਿਰ ਜਿਆਦਾ ਤਰੀਕੇ ਦੇ ਨਾਲ ਹੁੰਦੀ ਆ ਪਰ ਜਿਹੜੇ ਲੋਕ ਆ ਉਹ ਜਰੂਰ ਦੇਖਦੇ ਆ ਵੀ ਆ ਸਹੀ ਨੂੰ ਤਾਂ ਸਹੀ ਕਹੋ ਹਾਂ ਅਨਸ ਬਈ ਐਸ ਵੇਲੇ ਤੁਹਾਡਾ ਜਿਹੜਾ ਬਿਆਨ ਹੈ ਉਹ ਆ ਹੋਣਾ ਚਾਹੀਦਾ ਸੀ ਨਾਲੇ ਕਿਸੇ ਸੀਰੀਅਸ ਸਥਿਤੀ ਦੇ ਖਾਸੋ ਵੀ ਨਹੀਂ ਗੱਲ ਨਹੀਂ ਕਰਨੀ ਬਿਲਕੁਲ ਸੀਰੀਅਸ ਸਥਿਤੀ ਦੇ ਵਿੱਚ ਖਾਸ ਤੌਰ ਦੇ ਉੱਤੇ ਜਦੋਂ ਸੁਰੱਖਿਆ ਦਾ ਮਾਮਲਾ ਹੋਵੇ ਉਸ ਵੇਲੇ ਜਦੋਂ ਤੁਹਾਡੇ ਇਦਾਂ ਦੇ ਟਵੀਟ ਹੁੰਦੇ ਆ ਉਤੋਂ ਬਾਅਦ ਦੇ ਵਿੱਚ ਪਤਾ ਲੱਗਦਾ ਆ ਕਿ ਤੁਸੀਂ ਇੰਨੇ ਮੈਚਿਓਰਿਟੀ ਦੇ ਨਾਲ ਗੱਲ ਨਹੀਂ ਕਰ ਰਹੇ ਇਹਦੇ ਨਾਲ ਫੇਰ ਉਲਟਾ ਉਹਦਾ ਜਿਹੜਾ ਕੰਮ ਹੋਣਾ ਸ਼ੁਰੂ ਹੋ ਜਾਂਦਾ ਜੀ ਤੇ ਪ੍ਰੋਗਰਾਮ ਨੂੰ ਦੇਖ ਰਹੇ ਨੇ ਹੋਰ ਹਰਦੀਪ ਸ਼ੇਰਗਿੱਲ ਜੀ ਥੈਂਕ ਯੂ ਨਰਵਿੰਦਰ ਸਿੰਘ ਜੀ ਥੈਂਕ ਯੂ ਭਾਜੀ ਤੁਸੀਂ ਸਮਾਂ ਕੱਢ ਕੇ ਪ੍ਰੋਗਰਾਮ ਦੇਖ ਰਹੇ ਹੋ ਰਸ਼ਪਾਲ ਹੇਰ ਜੀ ਕਹਿ ਰਹੇ ਕਿ ਨਾਈਸ ਪ੍ਰੋਗਰਾਮ ਕੀਪ ਇਟ ਅਪ ਕੀਪ ਇਟ ਅਪ ਗਾਇਸ ਤੇ ਲਸਾੜਾ ਚਲਿਏ ਅੱਗੇ ਧਰੂ ਜੀ ਟੋਰ ਟਿੱਪਣੀ ਦੀ ਕਰਨੀ ਨਹੀਂ ਇਹ ਤੇ ਟਿੱਪਣੀ ਵਕੂਬੀ ਹੋ ਚੁੱਕੀ ਆ ਚਲੋ ਜੀ ਲਸਾੜਾ ਸਾਹਿਬ ਨਵੀਂ ਸਰਕਾਰ ਬਣਦੀ ਆ ਪੰਜਾਬ ਦੇ ਵਿੱਚ ਤੇ ਆਪਾਂ ਨੂੰ ਪਤਾ ਹੀ ਹੈ ਕਿ ਜਦੋਂ ਨਵੀਂ ਸਰਕਾਰ ਬਣਦੀ ਆ ਨਵੇਂ ਐਮਐਲਏ ਨਵੇਂ ਮੰਤਰੀ ਚੁਣੇ ਜਾਂਦੇ ਆ ਤੇ ਉਹਨਾਂ ਨੇ ਫਿਰ ਚੰਡੀਗੜ੍ਹ ਦੀਆਂ ਕੋਠੀਆਂ ਦਾ ਬੰਗਲਿਆਂ ਦਾ ਸਵਾਦ ਵੇਖਣਾ ਹੁੰਦਾ ਪਰ ਨਵੇਂ ਆਮ ਆਦਮੀ ਪਾਰਟੀ ਦੇ ਐਮਐਲਏ ਮੰਤਰੀਆਂ ਨੂੰ ਦਿੱਕਤਾਂ ਆ ਰਹੀਆਂ ਵੀ ਪੁਰਾਣੇ ਜਿਹੜੇ ਹੈਗੇ ਉਹ ਛੱਡ ਹੀ ਨਹੀਂ ਰਹੇ ਉਹ ਜਾ ਹੀ ਨਹੀਂ ਰਹੇ ਸਰਕਾਰ ਨੋਟਿਸ ਵੀ ਕਾਫੀ ਕੱਢ ਰਹੀ ਹੈ ਉਹਨਾਂ ਨੂੰ ਪਰ ਫਿਰ ਵੀ ਉਹਨਾਂ ਦੇ ਸਿਰ ਤੇ ਗੱਲ ਵੀ ਜੂਨ ਹੀ ਸਰਕ ਰਹੀ ਜੀ ਇਹ ਵੀ ਆਪਾਂ ਇੱਥੇ ਹੋਰ ਵੀ ਕਰਨੀ ਥੋੜਾ ਜਿਆਦਾ ਕਰੋ ਤੁਸੀਂ ਸਟਾਰਟ ਜੀ ਇਹ ਵੀ ਕੋਈ ਰਵਾਇਤ ਵੈਸੇ ਨਵੀਂ ਨਹੀਂ ਹੈਗੀ ਹਾਂਜੀ ਜਦੋਂ ਤੋਂ ਅਸੀਂ ਇਸ ਚੀਜ਼ ਨੂੰ ਦੇਖਣਾ ਜਾਂ ਸੁਣਨਾ ਜਾਂ ਮਹਿਸੂਸ ਕਰਨਾ ਸ਼ੁਰੂ ਕੀਤਾ ਪੰਜਾਬ 'ਚ ਉਦੋਂ ਵੀ ਇਹ ਚੀਜ਼ਾਂ ਚੱਲਦੀਆਂ ਸੀਗੀਆਂ ਲੇਕਿਨ ਸ਼ਾਇਦ ਉਦੋਂ ਮੀਡੀਆ ਜਾਂ ਸੋਸ਼ਲ ਮੀਡੀਆ ਇੰਨਾ ਸਰਗਰਮ ਨਹੀਂ ਸੀਗਾ ਤੇ ਪਤਾ じゃ ਨਹੀਂ ਲੱਗਦਾ ਸੀਗਾ ਲੇਕਿਨ ਹੁਣ ਝੱਟ ਪਤਾ ਲਾ ਜਾਂਦਾ ਵੀ ਕਿਹੜੇ ਨੰਬਰ ਦੇ ਫਲੈਟ ਨੂੰ ਕਿਹਦੇ ਨਾਂ ਤੇ ਹੁਣ ਚੜ ਗਿਆ ਲੇਕਿਨ ਕਿਹੜੇ ਨੇ ਖਾਲੀ ਨਹੀਂ ਕੀਤਾ ਇਹ ਆ ਦੇਖੋ ਆ ਹੁਣ ਵੈਸੇ ਤਾਂ ਮੈਂ ਇਹ ਗੱਲ ਸ਼ੁਰੂ ਕਰਨੀ ਸੀ ਕਿ ਇੱਕ ਗਾਣੇ ਤੋਂ ਕਹਿੰਦੇ ਚੰਡੀਗੜ੍ਹ ਕੋਠੀਵਾਲੇ ਪਿੰਡਾਂ ਵਿੱਚ ਉੜਦੀ ਧੂੜ ਘੜੇ ਉਹ ਉਦੋਂ ਤੋਂ ਲੱਗਦਾ ਹੁੰਦਾ ਇਹ ਚੰਡੀਗੜ੍ਹ ਪਤ ਨਹੀਂ ਕਿਹਾ ਸ਼ਹਿਰ ਆ ਪਰ ਜਦੋਂ ਤੁਸੀਂ ਨਾ ਕੋਠੀਆਂ ਦੀਆਂ ਕੋਠੀਆਂ ਵਾਲੇ ਨਾ ਸੈਕਟਰਾਂ ਦੇ ਵਿੱਚ ਜਾਂਦੇ ਆ ਜਾਂ ਸੜਕਾਂ ਤੇ ਜਾਂਦੇ ਆ ਤੁਹਾਨੂੰ ਲੱਗਦਾ ਕਿ ਵਾਕਈ ਵੀ ਇੱਥੇ ਵੀ ਸਵਰਗ ਹੈਗਾ ਆ ਜੀ ਸੋ ਇਸ ਕਰਕੇ ਖਿੱਚ ਦਾ ਕੇਂਦਰ ਬਣਦੀਆਂ ਆ ਹੁਣ ਰਹੀ ਗੱਲ ਜਿਹੜੇ ਸਾਡੇ ਸਿਆਸੀ ਨੇਤਾ ਨੇ ਜੀ ਸਾਡੇ ਸਿਆਸੀ ਨੇਤਾ ਦੀਆਂ ਦੋ ਕਮਜ਼ੋਰੀਆਂ ਨੇ ਇੱਕ ਤਾਂ ਇਹ ਸੱਤਾ ਤੋਂ ਲੰਬੇ ਹੋਣਾ ਪਸੰਦ ਨਹੀਂ ਕਰਦੇ ਜੀ ਤੇ ਜੇ ਕਿਤੇ ਸੱਤਾ ਤੋਂ ਇਹ ਲਾਂਭੇ ਹੋ ਵੀ ਗਏ ਆ ਤਾਂ ਸੱਤਾ ਦੇ ਨਾਲ ਜਿਹੜੇ ਪੱਤੇ ਮਿਲਦੇ ਸੀ ਤੇ ਪੱਤੇ ਦੇ ਵਿੱਚ ਇੱਕ ਕੋਠੀ ਤੇ ਫਾਰਮ ਇਹ ਦੋ ਚੀਜ਼ਾਂ ਬਹੁਤ ਐਮ ਹੋਣੀਆਂ ਇਹਨਾਂ ਨੂੰ ਇਹ ਛੱਡਣਾ ਪਸੰਦ ਨਹੀਂ ਕਰਦੇ ਹੈਗੇ ਤੇ ਰੌਲਾ ਵੀ ਇਹੀ ਆ ਹੁਣ ਮਸਲਾ ਕੀ ਹੈਗਾ ਆਪਣੇ ਕੋ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਸਕਾਰਿਆ ਜਿਹੜੇ ਕੈਬਨਰਨ ਮੰਤਰੀ ਰਏ ਤੇ ਹੁਣ ਦੇ ਐਮਐਲਏ ਆ ਵੈਸੇ ਤਾਂ ਜਿਹੜੀਆਂ ਚੰਡੀਗੜ੍ਹ ਦੀਆਂ ਕੋਠੀਆਂ ਨੇ ਇਹਨਾਂ ਦੇ 4 ਸੈਕਟਰ ਚ 5 ਸੈਕਟਰ 49 ਸੈਕਟਰ ਦੇ ਵਿੱਚ ਬਾਲੀਆਂ ਨੇ ਉੱਥੇ ਕਾਫੀ ਐਮਐਲਏ ਜਾਂਦੇ ਨੇ ਪਰ ਜ਼ਿਆਦਾ ਅੱਖ ਹੁੰਦੀ ਹੈ 16 ਸੈਕਟਰ ਦੇ ਵਿੱਚ ਇਸ 500 ਨੰਬਰ ਤੇ ਮੈਨੂੰ ਲੱਗਦਾ ਤੁਹਾਡੇ ਵੀ 500 ਨੰਬਰ ਦਵਾਖ ਦੇ ਵਿੱਚ ਘੁੰਮਦਾ ਦੇ ਉੱਤੇ ਦੂਜੀ ਠੀਕੇ ਜੇ ਮਾਰੀ ਜਾਂਦੇ ਆ ਤੁਸੀਂ ਮੈਨੂੰ ਪੁੱਛਣਾ ਚਾਹੁੰਦਾ ਸੀ ਪਰ ਚਲੋ ਤੁਸੀਂ ਜਿਗਰ ਕਰਦਾ ਠੀਕ ਹੈ ਕੋਈ ਨਹੀਂ ਹਾਂਜੀ ਇਸ 500 ਨੰਬਰ ਕੋਠੀ ਦੇ ਉੱਤੇ ਸਾਰੇ ਨਾ ਬਾਜ਼ਾਰ ਕੀ ਅੱਖ ਹੁੰਦੀ ਹੈ ਹਾਂ ਵਜਾ ਕੀ ਆ ਇੱਕ ਤਾਂ ਇਹ ਘਰ ਬਹੁਤ ਵੱਡੇ ਆ ਨਹੀਂ ਚਲੋ 500 ਨੰਬਰ ਤੇ ਇੱਕ ਗੱਲ ਹੋ ਗਈ ਨਾ ਪਰ ਇਹ ਵੀ ਤੇ ਗੱਲ ਹੈ ਨਾ ਵੀ ਉਹਨਾਂ ਦਾ ਛੱਡਣ ਨੂੰ ਜੀ ਨਹੀਂ ਕਰ ਰਿਹਾ ਚਾ ਕੋਈ ਵੀ ਆ ਮਤਲਬ ਤੁਸੀਂ 4 ਸੈਕਟਰ 6 ਸੈਕਟਰ ਤੇ 16 ਸੈਕਟਰ ਤੇ ਗੱਲ ਕਰ ਰਹੇ ਆ ਚਲੋ 500 ਨੰਬਰ ਤੇ ਇੱਕ ਪਰਟੀਕੂਲਰ ਕੋਠੀ ਹੋ ਗਈ ਵੀ ਉਹਨੂੰ ਪੰਜ ਚਾਰ ਬੰਦੇ ਜਿਹੜ ਉਹਦੀ ਫਿਰ ਵਜ੍ਹਾ ਇਹ ਹੈ ਆ ਦੇਖੋ ਜਦੋਂ ਆਪ ਕਹਨੇ ਉਹ ਚਾਹ ਬਣਾ ਲਓ ਚਾਹ ਬਣਾ ਲਓ ਇੱਕ ਹੁੰਦਾ ਅਲਾ ਬਣਾਤੀ ਚਾਹ ਪੀ ਲਓ ਸਾਨੂੰ ਨਹੀਂ ਪਤਾ ਹੁੰਦਾ ਤੇ ਵਿੱਚ ਕਿਹੜੀ ਖੰਡ ਪਈ ਕਿਹੜੀ ਚਾਹ ਪੱਤੀ ਪਈ ਆ ਤਾਂ ਚਾਹ ਪੱਤੀ ਦੇ ਉੱਪਰ ਜਿਆਦਾ ਆਂਦਾ ਨਾ ਉਹ ਇੱਕ ਬੰਦਾ ਆ ਕੇ ਕਹੇ ਵੀ ਮੈਂ ਬਾਗ ਬੱਕਰੀ ਪਾ ਕੇ ਬਣਾਈ ਆ ਜਾਵੀ ਜੀ ਉਹ ਤੋਂ ਨਹੀਂ ਬਾਦਸ਼ਾਹ ਜਿਹਾ ਖੜ ਜਾਨੀ ਆ ਇਹ ਜਿਹੜੀ 16 16 ਸੈਕਟਰ ਦੇ ਵਿੱਚ ਜਿਹੜੀਆਂ ਕੋਠੀਆਂ ਬਣੀਆਂ ਕਾਸਕਲ 500 ਨੰਬਰ ਹੈ ਨਾ ਇਹ ਤਾਂ ਘਰ ਬੜੇ ਆਲੀਸ਼ਾਨ ਨੇ ਬੱਡੇ ਆ ਇਹਦੇ ਵਿੱਚ ਸਮਾਨ ਬਹੁਤ ਇੱਕ ਕੀਮਤੀ ਪਿਆ ਆ ਔਰ ਇਹ ਮਹਿਫੂਜ਼ ਨੇ ਤੇ ਇਹਦੇ ਵਿੱਚ ਤੁਸੀਂ ਏਰੀਆ ਚ ਜਾ ਕੇ ਦੇਖੋ ਨਾ ਬੈਰੀਕੇਟਿੰਗ ਬਹੁਤ ਕੀਤੀ ਹੋਈ ਆ ਕੋਈ ਆਮ ਬੰਦਾ ਉੱਥੇ ਪਰਿੰਦਾ ਪਰ ਨਹੀਂ ਮਾਰ ਸਕਦਾ ਹੁਣ ਸਾਡੇ ਸਕਾਰਿਆ ਸਾਹਿਬ ਨੂੰ ਇਹਦੇ ਤਿੰਨ ਨੋਟਿਸ ਜਾ ਚੁੱਕੇ ਆ ਲੇਕਿਨ ਉਹਨਾਂ ਨੇ ਸਾਫ ਕਹਤਾ ਕਿ ਮੈਨੂੰ ਤਾਂ ਕੋਈ ਨੋਟਿਸ ਮਿਲਿਆ ਨਹੀਂ ਹੈਗਾ ਹੁਣ ਇਹਨਾਂ ਦੀ ਲਿਸਟ ਦੇ ਵਿੱਚ ਇਕੱਲੇ ਸਕਾਰਿਆ ਸਾਹਿਬ ਨਹੀਂ ਹੈਗੇ 18 ਕਹਿੰਦੇ ਕਿ ਹੋਂਦੇ ਸਾਡੇ ਕੋਲ ਐਮਐਲਏ ਨੇ ਕੁਝ ਉਹਨਾਂ ਦੇ ਵਿੱਚੋਂ ਪੁਰਾਣੇ ਕੈਬਨਿਟ ਮੰਤਰੀ ਵੀ ਰਹੇ ਨੇ ਹੁਣ ਤ੍ਰਿਪਤ ਰਜਿੰਦਰ ਸਿੰਘ ਬਾਜਪਾ ਦੋ ਨੋਟਿਸ ਇਹਨਾਂ ਨੂੰ ਜਾ ਚੁੱਕੇ ਆ ਸਾਬਕਾ ਮੰਤਰੀ ਆ ਤੇ ਹੁਣ ਦੇ ਐਮਐਲਏ ਆ ਇਹਨਾਂ ਇਹਨਾਂ ਦੇ ਵੀ ਜੌਨ ਹੀ ਸਰ ਕੀ ਹੈ ਜੀ ਤੇ ਗੁਰਮੀਤ ਸਿੰਘ ਖੁੰਡਿਆ ਖੁੰਡਿਆ ਹਾਂ ਇਹ 37 ਨੰਬਰ ਫਲੈਟ ਦੇ ਵਿੱਚ ਆ ਇਹ 37 ਨੰਬਰ ਫਲੈਟ ਪਤਾ ਹੀ ਕਿੰਨਾਂ ਦਾ ਜੀ ਪ੍ਰਕਾਸ਼ ਸਿੰਘ ਬਾਦਲ ਖੁਣਾਉਂਦਾ ਤੇ ਪ੍ਰਕਾਸ਼ ਸਿੰਘ ਬਾਦਲ ਉਹਨੇ ਉੱਥੇ ਮੌਜੂਦ ਨੇ ਤੇ ਫਿਰ ਉਹ ਕਿੱਦਾਂ ਛੱਡ ਦੇਣਗੇ ਤੇ ਇੱਕ ਤਾਂ ਮੈਂ ਹੋਰ ਨਾ ਲੈਂਦਾ ਜਗਰੂਪ ਸਿੰਘ ਗਿੱਲ ਆਮ ਆਦਮੀ ਪਾਰਟੀ ਦੇ ਐਮ ਐਲ ਏ ਆ ਇਹਨਾਂ ਦੀ ਅੱਖ ਹੈਗੀ 35 ਨੰਬਰ ਫਲੈਟ ਦੇ ਉੱਪਰ ਬੰਦਾ ਤਾਂ ਹੁਣ ਤੂੰ ਜੇਲ੍ਹ ਚ ਟੱਕਿਆ ਹੋਇਆ ਹੈ ਤੇ ਹੁਣ ਉਹ ਕਿੱਦਾਂ ਖਾਲੀ ਕਰ ਦੇਣਗੇ ਸੋ ਇਹ ਰੌਲਾ ਇਸ ਤਰ੍ਹਾਂ ਹੀ ਚੱਲੀ ਜਾਣਾ ਜੀ ਖਾਲੀ ਘਰਾਂ ਨੂੰ ਆਉਂਦੇ ਨੇ ਜਿਆਦਾ ਕੋਈ ਮੋਰੇ ਨੇਪਾਲੀ ਟੱਕਰ ਜਾਂਦਾ ਜਾਂ ਕੋਈ ਬੀਬੀ ਟੱਕਰ ਜਾਂਦੀ ਉਹ ਕਹਿੰਦੇ ਸਾਭ ਜੀ ਤਾਂ ਹੈ ਨਹੀਂ ਕਿ ਜਦੋਂ ਆਉਗੇ ਉਦੋਂ ਗੱਲ ਕਰ ਲਿਓ ਜੇ ਤੁਸੀਂ ਬਾਲਾ ਇੱਥੇ ਖੜੂਗੇ ਜਾਂ ਬੈਠੂਗੇ ਫੇਰ ਲੜਾਈਆਂ ਵੀ ਹੁੰਦੀਆਂ ਨੇ ਜੀ ਜੀ ਸੋ ਇਹ ਪੋਲਿਟਿਕਲ ਸਾਰਾ ਚੱਲੀ ਜਾ ਰਿਹਾ ਜੀ ਦਲਜੀਤ ਜੀ ਜਿੱਦਾਂ ਹੁਣ ਦਸਾੜਾ ਸਾਹਿਬ ਨੇ ਖੈਰ ਚਲੋ ਇਹ ਗੱਲ ਕਰਤੀ ਤੇ ਇਹਦੇ ਚ ਜਿਵੇਂ ਆਪਣੇ ਸਪੀਕਰ ਕੋਲ ਕੋਈ ਖਾਸ ਅਧਿਕਾਰ ਨਹੀਂ ਹੁੰਦੇ ਵੀ ਕੋਈ ਦਾ ਮੰਨ ਲਓ ਅਲਟੀਮੇਟਮ ਦਿੱਤਾ ਜਾਵੇ ਵੀ ਵਿਦਿਨ ਵੀਕ ਜਾਂ ਵਿਦਿਨ 2-3 ਡੇਜ਼ ਵੀ ਖਾਲੀ ਕਰ ਦਿਓ ਨਹੀਂ ਤੇ ਫਿਰ ਸਮਾਨ ਚੱਕ ਦੇ ਦੇਣਾ ਦੇਖੋ ਹੈ ਤਾਂ ਹੈ ਸਾਰਾ ਕੁਝ ਉਹਦਾ ਕਿਰਾਇਆ ਪੈਂਦਾ ਕਿਉਂਕਿ ਆਪਾਂ ਨੂੰ ਉਹਦਾ ਜੁਰਮਾਨਾ ਪੈਂਦਾ ਹਾਂਜੀ ਸੌਰੀ ਮੈਂ ਉਹਦਾ ਗੱਲ ਤੇ ਰੋਕਦਾ ਮੜੀ ਕਿਉਂਕਿ ਆਪਾਂ ਉਹਦਾ ਸੁਣ ਕੇ ਨਾ ਹਾਸੋਈ ਨਹੀਂ ਇਹ ਗੱਲਾਂ ਲੱਗਦੀਆਂ ਵੀ ਯਾਰ ਇਹ ਕੀ ਗੱਲ ਹੋਈ ਇਹ ਤਾਂ ਛੋਟੇ ਬੱਚਿਆਂ ਵਾਲੀ ਗੱਲ ਹੋ ਗਈ ਹਨਾ ਮੈਂ ਨਹੀਂ ਤੈਨੂੰ ਖੇਡਣ ਦੇਣਾ ਮੈਂ ਆਹ ਮੱਲ ਲਿਆ ਮੈਂ ਆਹ ਮੱਲ ਲਿਆ ਹਨਾ ਬਿਲਕੁਲ ਦੇਖੋ ਇਹਦੇ ਵਿੱਚ ਇਹ ਹੈ ਕਿ ਅਸਲ ਵਿੱਚ ਇਹ ਕੋਠੀਆਂ ਦਿੱਤੀਆਂ ਕਿਉਂ ਗਈਆਂ ਤੁਸੀਂ ਦੇਖੋਗੇ ਕਿ ਖਾਸ ਤੌਰ ਦੇ ਉੱਤੇ ਜਿਹੜੇ ਸੈਕਟਰ ਇਹਨਾਂ ਨੇ ਦੱਸਿਆ 16 ਦੀ ਗੱਲ ਕੀਤੀ 2 ਦੀ ਕੀਤੀ 6 7 ਸੈਕਟਰ ਜਿਹੜੇ ਆ ਉਹ ਸੈਕਟਰਾਂ ਦੇ ਵਿੱਚ ਜਿਹੜੀਆਂ ਸਰਕਾਰੀ ਰਹਿائشਾਂ ਆ ਜੀ ਤੁਸੀਂ ਦੇਖੋ ਕਿ ਇੱਕ ਮੁੱਖ ਮੰਤ 7 ਸੈਕਟਰ ਵਿੱਚ ਆ ਕੇ ਦੇਖੋ ਉੱਥੇ ਕਲਰਕਾਂ ਦੇ ਫਲੈਟ ਆ ਜਮੀਨ ਅਸਮਾਨ ਦਾ ਫਰਕ ਆ ਇੱਕ ਪਾਸੇ ਜਿੱਡਾ ਆਪਣਾ ਸਟੂਡੀਓ ਦੇ ਵਿੱਚ ਰੱਖ ਲਓ ਕਿੰਦਾ ਇੱਕ ਘਰ ਆ ਜਿਹੜਾ ਕਿ ਕਲਰਕਾਂ ਨੂੰ ਦਿੱਤਾ ਜਾਂਦਾ ਤੇ ਦੂਜੇ ਪਾਸੇ ਇਹਨਾਂ ਨੂੰ ਆਲੀਸ਼ਾਨ ਕੋਠੀਆਂ ਜਿਨ੍ਹਾਂ ਦੇ ਵਿੱਚ ਸਵੀਮੀ ਪੂਲ ਵੀ ਦਿੱਤੇ ਗਏ ਆ ਇਹ ਅਸਲ ਵਿੱਚ ਢਾਂਚਾ ਬਣਾਇਆ ਕਿੱਦਾਂ ਗਿਆ ਸੀ ਢਾਂਚਾ ਬਣਾਇਆ ਗੋਰਿਆਂ ਦੇ ਦੁਆਰਾ ਗੋਰਿਆਂ ਨੇ ਡਿਵੈਲਪ ਕੀਤਾ ਕਿਉਂਕਿ ਗੋਰੇ ਬਾਹਰੋਂ ਆਉਂਦੇ ਸੀ ਉਹਨਾਂ ਦੇ ਡੀਸੀ ਹੁੰਦੇ ਸੀ ਉਹਨਾਂ ਦੇ ਐਸਐਸਪੀ ਹੁੰਦੇ ਸੀ ਸਾਡੇ ਜਿਹੜੇ ਲੋਕ ਆ ਉਹ ਕਲਰਕ ਹੀ ਹੁੰਦੇ ਸੀ ਜਾਂ ਵੱਧ ਤੋਂ ਵੱਧ ਕੋਈ ਬੰਦਾ ਹੁੰਦਾ ਸੀ ਜਿਹੜਾ ਉੱਪਰ ਤੱਕ ਜਾਂਦਾ ਸੀ ਬਹੁਤ ਜ਼ਿਆਦਾ ਜਿਹਦੀ ਉਹਨੂੰ ਜਿੰਦਾ ਜ਼ਿਆਦਾ ਜ਼ਰੂਰ ਸੀ ਆਦਰਵਾਇਸ ਉੱਪਰਲੇ ਜਿਹੜੇ ਸਾਰੇ ਉਹਦੇ ਜਿੱਥੇ ਹੁਣ ਇਹ ਬੰਦੇ ਆ ਜਿਨ੍ਹਾਂ ਦੀਆਂ ਲੜਾਈਆਂ ਉਹ ਸਾਰੇ ਗੋਰਿਆਂ ਕੋਲ ਹੁੰਦੇ ਸੀ ਉਹਨੇ ਆਪਣੀਆਂ ਸਹੂਲਤਾਂ ਦੇ ਮੁਤਾਬਕੇ ਬਣਾਏ ਸੀ ਜੀ ਅਸਲ ਵਿੱਚ ਤਾਂ ਇਹ ਆ ਕਿ ਸਹੂਲਤ ਦਿੱਤੀ ਇਸ ਕਰਕੇ ਸੀ ਵੀ ਜਿਹੜਾ ਬੰਦਾ ਹੁਣ ਮੰਨ ਲਓ ਕਿ ਆਪਾਂ ਬਠਿੰਡੇ ਦੀ ਗੱਲ ਆ ਲਈਏ ਜੀ ਜਾਂ ਇਧਰੋਂ ਅਮਰਸਰ ਤੋਂ ਉਧਰ ਉਤਾਰਨ ਤਰਨ ਵਾਲੇ ਪਾਸੋਂ ਲਾ ਲਓ ਵੀ ਉਹਨਾਂ ਬੰਦਿਆਂ ਨੇ ਰੋਜ਼ ਚੰਡੀਗੜ੍ਹ ਆਉਣਾ ਜਾਣਾ ਔਖਾ ਵੇ ਜਦੋਂ ਸੈਸ਼ਨ ਚੱਲਦਾ ਅਸੈਂਬਲੀ ਦੇ ਵਿੱਚ ਕਿਉਂਕਿ ਸੈਕਟਿਟੇਟ ਮੇਨ ਤੁਸੀਂ ਉੱਥੇ ਸਵਾਲ ਜਵਾਬ ਕਰਨੇ ਆ ਸਾਡਾ ਕੰਮ ਆ ਮੇਨ ਉੱਥੇ ਤੁਸੀਂ ਲੋਕਾਂ ਨੂੰ ਮਿਲਣਾ ਆਫਿਸ ਆਫੀਸ਼ਲ ਸਾਰੇ ਕੰਮ ਉੱਥੇ ਹੋਣੇ ਆ ਵੀ ਤੁਹਾਡੇ ਉੱਥੇ ਰਹਿਣ ਦਾ ਇੱਕ ਪ੍ਰਬੰਧ ਹੋਵੇ ਤਾਂ ਕਿ ਤੁਹਾਨੂੰ ਆਉਣਾ ਜਾਣਾ ਜਿਹੜਾ ਘੱਟ ਪਵੇ ਪਰ ਅਸਲ ਦੇ ਵਿੱਚ ਇਹਨਾਂ ਦੇ ਆਪਣੇ ਨਿੱਜੀ ਫਲੈਟ ਵੀ ਹੈਗੇ ਉੱਥੇ ਹਰ ਇੱਕ ਬੰਦੇ ਜਿੰਨੇ ਇਹ ਪੁਰਾਣੇ ਹੈਗੇ ਇਹਨਾਂ ਦੀਆਂ ਨਿੱਜੀ ਕੋਠੀਆਂ ਉੱਥੇ ਆਪਣੇ ਇਹਨਾਂ ਨੇ ਸਿਰਫ ਇੱਕ ਸ਼ਾਨੋ ਸ਼ੌਕਤ ਦੇ ਲਈ ਇਹ ਰੱਖੀਆਂ ਹੋਈਆਂ ਹੂੰ ਇਸ ਚਾਰ ਨੂੰ ਸ਼ੌਕਾ ਸਾਡੀ ਬਣੀ ਰਹੀ ਆ ਬੀਬੀ ਰਜਿੰਦਰ ਕੌਰ ਪੱਟਲ ਪਿਛਲੇ ਕਈ ਦਿਨਾਂ ਤੋਂ ਇਹ ਖਬਰਾਂ ਦੇ ਵਿੱਚ ਆ ਪਰ ਇਹ ਹਰ ਵਾਰੀ ਖਬਰਾਂ ਦੇ ਵਿੱਚ ਰਹਿੰਦੇ ਜਦੋਂ ਕੈਪਟਨ ਬਲਿੰਦਰ ਸਿੰਘ ਵੀ ਬਣੇ ਆ ਉਸ ਵੇਲੇ ਵੀ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਪਰ ਇਹਨਾਂ ਨੇ ਖਾਲੀ ਨਹੀਂ ਕੀਤੀ ਬਾਅਦ ਦੇ ਵਿੱਚ ਉਹਨਾਂ ਨੇ ਕਹਿੰਦਾ ਚਲੋ ਬੀਬੀ ਕੋ ਰੌਲਾ ਨਾ ਪਾ ਇੱਥੇ ਰਹਿ ਕੈਪਟਨ ਬੀਬੀ ਪੱਟਲ ਕਹਿੰਦੇ ਪੰਚਰੀ ਦਿੱਤੀ ਸੀ 4 ਤਰੀਕ ਨੂੰ ਖਾਲੀ ਕਰਕੇ ਚਲੇ ਗਏ ਨਹੀਂ ਨਾ ਹੁਣ ਕਰ ਗਏ ਜਦੋਂ ਪਿਛਲੀਆਂ ਸਰਕਾਰਾਂ ਦੀ ਗੱਲ ਕਰਦਾ ਕਿ ਪਿਛਲੀਆਂ ਸਰਕਾਰਾਂ ਬਲੇ ਛੱਡੀ ਨਹੀਂ ਉਹ ਜਦੋਂ ਵੀ ਕੋਈ ਅਹੁਦਾ ਨਹੀਂ ਸੀ ਉਹਦੇ ਕੋਲ ਉਹਨਾਂ ਨੇ 80 ਲੱਖ ਉਹਦਾ ਰੈਂਟ ਵੀ ਮਾਫ ਕਰਵਾ ਲਿਆ ਰੈਂਟ ਵੀ ਮਾਫ ਕਰਵਾ ਲਿਆ ਸਾਰਾ ਕੁਝ ਐਸੇ ਕਰਕੇ ਹੁਣ ਵੀ ਇਹਨਾਂ ਨੂੰ ਝਾਤ ਇਹੀ ਹੁੰਦੀ ਪਰ ਜਿਹੜੇ ਆਮ ਆਦਮੀ ਪਾਰਟੀ ਦੇ ਹੋਣ ਦੀ ਜਿਹੜੀ ਆਪਾਂ ਕਹਿੰਦੇ ਲੀਡਰਸ਼ਿਪ ਇਹ ਜੇ ਨਵੇਂ ਆ ਸਾਰੇ ਇਹਨਾਂ ਨੂੰ ਅਜੇ ਪੂਰਾ ਪਲਾਨ ਵੀ ਨਹੀਂ ਪਤਾ ਹੁਣ ਖਾਲੀ ਕਾਂਗਰਸੀਆਂ ਨੂੰ ਪਤਾ ਸੀ ਵੀ ਜੇ ਅੱਜ ਅਸੀਂ ਇਹਨਾਂ ਦੇ ਨਾਲ ਜ਼ਿਆਦਾ ਸਖਤਾਈ ਵਰਤੀ ਨੈਕਸਟ ਟਾਈਮ ਹੋ ਸਕਦਾ ਕਿਉਂਕਿ 5 ਸਾਲ ਦੀ ਟਰਮ ਹੈ ਅਗਲੀ ਸਾਲ ਅਗਲੀ ਵਾਰ ਨੂੰ ਸਾਡੇ ਬੰਦੇ ਨੂੰ ਤੰਗ ਕਰਨਗੇ ਉਸ ਵੇਲੇ ਤਾਂ ਉਹੀ ਸੀ ਵੀ 2575 ਵਾਲਾ ਅੰਕੜਾ ਕਿ ਚਲੋ ਤੁਸੀਂ ਇਦਾਂ ਕਰੋ ਵੀ ਵੱਡੀਆਂ ਕੋਠੀਆਂ ਜਿਹੜੇ ਤੁਹਾਡੇ ਮੇਨ ਹੈਗੇ ਚੋ ਠੀਕ ਆ ਅਸੀਂ ਬਹੁਤਾ ਰੌਲਾ ਨਹੀਂ ਪਾਉਣਾ ਅੰਦਰ ਅੰਦਰ ਹੋ ਜਾਂਦੀਆਂ ਅਸੀਂ ਇਸ ਵਾਰ ਕਿਉਂ ਇਹਿੱਦਾਂ ਹੋ ਗਈ ਆ ਗੱਲ ਹੁਣ ਗੱਲ ਇਸ ਵੱਲੋਂ ਵੀ ਹੋ ਗਈ ਵੀ ਇੱਕ ਪਾਸੇ ਪੰਚਾਇਤ ਮੰਤਰੀ ਜਿਹੜੇ ਹੈਗੇ ਧਾਲੀਵਾਲ ਸਾਹਿਬ ਉਹਨਾਂ ਨੇ ਰੋਜਦਾ ਆ ਰਿਹਾ ਵੀ 20 ਏਕੜ ਖਾਲੀ ਕਰਾ ਲਿਆ 30 ਏਕੜ ਖਾਲੀ ਕਰਾ ਲਿਆ ਫਿਰ ਲੋਕਾਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਵੀ ਸਾਡੇ ਤੋਂ ਤੁਸੀਂ ਖਾਲੀ ਕਰਾਉਣਾ ਸ਼ੁਰੂ ਕਰ ਦਿੱਤਾ ਥੱਲੇ ਥੱਲੇ ਨਹੀਂ ਮਾਰਿਆ ਇੱਕ ਪਾਸੇ ਚਿੱਟੇ ਆ ਉੱਪਰ ਵਾਲੇ ਤੁਸੀਂ ਸਾਰੇ ਚਿੱਟੇ ਦੇ ਮਾਲਕ ਜਿਹੜੇ ਛੱਡੇ ਹੋਏ ਆ ਜਿਹੜੇ ਥੱਲੇ ਵਾਲੇ ਆ ਜਿਹੜੇ ਪੀਂਦੇ ਆ ਜਾਂ ਸੇਵਨ ਕਰਦੇ ਆ ਉਹਨਾਂ ਨੂੰ ਤੁਸੀਂ ਫੜਦੇ ਆ ਪਰ ਇਸੇ ਤਰ੍ਹਾਂ ਦੇ ਨਾਲ ਤੁਸੀਂ ਸ਼ਾਮ ਲਾਟਾ ਜਿਹੜੀਆਂ ਗਰੀਬ ਲੋਕ ਆ ਜਾਂ ਐਵਰੇਜ ਲੋਕ ਉਹਨਾਂ ਕੋ ਫੜ ਰਹੇ ਆ ਸਟਾਰਟਿੰਗ ਉੱਪਰੋਂ ਕਰੋ ਇਹ ਪ੍ਰੈਸ਼ਰ ਬਹੁਤ ਵੱਡਾ ਆ ਇਹ ਜਦੋਂ ਤੁਸੀਂ ਕਹਿੰਗੇ ਕਿ ਸੰਧਮਾ ਸਾਹਿਬ ਸਪੀਕਰ ਨੇ ਉਹਨਾਂ ਦੇ ਕੋਲ ਅਧਿਕਾਰ ਨੇ ਜਿਹੜਾ ਚੰਡੀਗੜ੍ਹ ਦਾ ਪ੍ਰਸ਼ਾਸਨ ਨੇ ਉਹਨਾਂ ਦੇ ਕੋਲ ਅਧਿਕਾਰ ਨੇ ਉਹਨਾਂ ਨੂੰ ਜੇ ਇਹੋ ਚਾਹਣ ਪਰ ਇਹ ਆ ਵੀ ਉਹ ਫੇ ਬੇਇੱਜ਼ਤੀ ਵਾਲਾ ਕੰਮ ਹੋਣਾ ਪਰ ਮੈਨੂੰ ਇਹ ਲੱਗਦਾ ਵੀ ਇਹਨਾਂ ਦੀ ਬੇਇੱਜ਼ਤੀ ਹੋ ਜਾਣੀ ਚਾਹੀਦੀ ਹੈ ਬਿਲਕੁਲ ਤੇ ਸਾਡਾ ਸਾਹਿਬ ਟਾਈਮ ਆਪਣਾ ਲਗਭਗ ਹੋ ਗਿਆ ਤੇ ਇੱਕ ਛੋਟੀ ਜੀ ਜਾਂਦੇ ਜਾਂਦੇ ਬਾਅਦ ਖਬਰ ਹੋਰ ਕਰ ਲਈ ਜਿੱਦਾਂ ਪੰਚਾਇਤ ਮੰਤਰੀ ਨੇ ਆਪਣੇ ਜਿਹੜੇ ਉਹ ਕਾਫੀ ਜ਼ਮੀਨਾਂ ਛਿੜਾ ਰਹੇ ਨੇ ਜੀ ਦਲਜੀਤ ਜੀ ਨੇ ਗੱਲ ਕੀਤੀ ਵੀ ਉਹਨਾਂ ਨੂੰ ਲੋਕਾਂ ਨੇ ਸਵਾਲ ਕੀਤੇ ਵੀ ਤੁਸੀਂ ਥੱਲੇ ਜ਼ਮੀਨਾਂ ਛਿੜਾ ਰਹੇ ਹੋ ਜਾਂ ਫਿਰ ਉੱਪਰ ਵੀ ਕੋਠੀਆਂ ਕੂਠੀਆਂ ਵੀ ਛਿੜਾਓ ਪਰ ਜਦੋਂ ਜ਼ਮੀਨਾਂ ਛਿੜਾਉਣ ਜਾਂਦੇ ਹੋ ਹਰ ਥਾਂ ਤੇ ਆਪ ਜਾ ਰਹੇ ਨੇ ਇਹ ਕੀ ਉਹਨਾਂ ਦਾ ਜਾਣਾ ਉਹਨਾਂ ਦੀ ਮਜਬੂਰੀ ਆ ਜਾਂ ਸਿਰਫ ਕੈਮਰੇ ਦੇ ਸਾਹਮਣੇ ਰਹਿ ਕੇ ਲਾਈਮ ਲਾਈਟ ਰਹਿਣਾ ਤਾਂ ਜਾਂਦੇ ਨੇ ਤੇ ਕਿਉਂਕਿ ਲੋਕੀ ਹੁਣ ਇਹ ਵੀ ਸਵਾਲ ਕਰ ਰਹੇ ਨੇ ਵੀ ਤੁਸੀਂ ਹੁਣ ਵੀ ਤੁਹਾਡਾ ਪ੍ਰਸ਼ਾਸਨ ਵਰਕ ਕਰਨਾ ਚਾਹੀਦਾ ਹੈ ਤੁਹਾਡਾ ਸਿਸਟਮ ਵਰਕ ਕਰੇ ਕਿਉਂਕਿ ਆਮ ਆਦਮੀ ਪਾਰਟੀ ਇਹ ਕਹੇ ਕਿ ਅਸੀਂ ਸਿਸਟਮ ਬਦਲਾਂ ਵੇ ਹਰ ਥਾਂ ਤੇ ਤਾਂ ਹੁਣ ਜਿਵੇਂ ਕਹਿੰਦੇ ਕਿ 50000 ਏਕੜ ਹੈ ਹਰ ਥਾਂ ਤੇ ਤਾਂ ਮੰਤਰੀ ਸਾਹਿਬ ਆਪ ਜਾ ਨਹੀਂ ਸਕਦੇ ਜੀ ਲੱਗਦਾ ਤੁਹਾਨੂੰ ਸਮੇਂ ਦੀ ਜ਼ਰੂਰ ਘਾਟ ਹੈ ਇਸ ਵਕਤ ਇਹਨੂੰ ਆਪਾਂ ਖੋਲ ਕੇ ਵੀ ਬੋਲ ਸਕਦੇ ਸੀ ਲੇਕਿਨ ਦੋ ਚਾਰ ਲਾਈਨਾਂ ਦੇ ਵਿੱਚ ਇਹਨੂੰ ਮੈਂ ਜਰੂਰ ਦਰਸ਼ਕਾਂ ਦੇ ਸਾਹਮਣੇ ਕਰਦਾਗਾ ਦੇਖੋ 72 ਸੀਟਾਂ ਨੇ ਸਾਡੇ ਕੋਲ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਆਮ ਆਦਮੀ ਪਾਰਟੀ ਦੇ ਕੋਲ ਆ ਅੱਜ ਵੀ ਤੁਸੀਂ ਇਹ ਦੇਖ ਲਓ ਕਿ 72 ਦੇ ਵਿੱਚੋਂ ਕਿੰਨੇ ਕ ਨਾਂ ਬੋਲਦੇ ਨੇ 94 92 92 ਮਾਫ ਕਰਨਾ ਜੀ 92 92 ਦੇ ਵਿੱਚੋਂ ਚਾਰ ਜਾਂ ਪੰਜ ਨਾਮ ਆ ਜਿਹੜੇ ਰੋਜ਼ ਅਖਬਾਰਾਂ ਦੀ ਸੁਰਖੀਆਂ 'ਚ ਘੁੰਮਦੇ ਆ ਬਾਕੀ ਸਾਰੇ ਚੁੱਪ ਬੈਠੇ ਆ ਜੀ ਉਦੋਂ ਫੇਰ ਥੋੜੀ ਜੀ ਨਾ ਕਿਉਂਕਿ ਵਿਧਾਇਕ ਨੇ ਉਹ ਜੀ ਥੋੜੀ ਜਿਹਾ ਉਹਨਾਂ ਦੇ ਫਿਰ ਦਿਮਾਗ ਦੇ ਵਿੱਚ ਤਲਖੀ ਵੀ ਵੱਧਦੀ ਆ ਕਿ ਮੈਂ ਵੀ ਉਠਾਂ ਮੈਂ ਵੀ ਉਠਾਂ ਉਸ ਮੈਂ ਵੀ ਉਠਣ ਦੇ ਚੱਕਰ ਦੇ ਵਿੱਚ ਕਈ ਵਾਰ ਇਹ ਸਿੱਧੇ ਹੀ ਜਾ ਕੇ ਦਫ਼ਤਰਾਂ ਦੇ ਵਿੱਚ ਰੇਡ ਮਾਰ ਦਿੰਦੇ ਨੇ ਜਾਂ ਖਾਨਾ ਦੇ ਵਿੱਚ ਜਾ ਕੇ ਰੇਡ ਮਾਰ ਦਿੰਦੇ ਨੇ ਤੇ ਗੱਡੀਆਂ ਅਗਲੇ ਚੜਾ ਕੇ ਚਲ ਜਾਂਦੇ ਨੇ ਹਸਪਤਾਲਾਂ ਜਾ ਕੇ ਕੁੱਟ ਦਿੰਦੇ ਨੇ ਸੋ ਇਹ ਥੋੜਾ ਜਨਾ ਕਹਿੰਦੇ ਹੁੰਦੇ ਕਿ ਵੀ ਜਦੋਂ ਨਵਾਂ ਬੰਦਾ ਆਉਂਦਾ ਨਾ ਥੋੜੀਆਂ ਗਲਤੀਆਂ ਵੀ ਹੁੰਦੀਆਂ ਨੇ ਚਾਹੀਦਾ ਤਾਂ ਇਹ ਆ ਕਿ ਜਿਹੜੇ ਇਹ ਵਿਧਾਇਕ ਨੇ ਆ ਜੋ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਕਿ ਇਹਨਾਂ ਦੀ ਪਾਵਰਜ਼ ਕੀ ਨੇ ਇੱਕ ਵਾਰ ਉਹਨਾਂ ਨੂੰ ਪਹਿਲਾਂ ਪੜ੍ਹ ਜ਼ਰੂਰ ਲੈਣਾ ਚਾਹੀਦਾ ਉਹਨਾਂ ਦੀ ਜਾਂ ਰਿਫਰੈਸ਼ਰ ਕਲਾਸਿਸ ਜ਼ਰੂਰ ਹੋਣੀਆਂ ਚਾਹੀਦੀਆਂ ਆ ਜੀ ਜੀ ਤਾਂ ਕਿ ਉਹਨਾਂ ਨੂੰ ਪਤਾ ਤਾਂ ਵਗੇ ਸਾਡਾ ਅਧਿਕਾਰ ਖੇਤਰ ਕੀ ਹੈ ਹੁਣ ਐਮਐਲਏ ਦੇ ਕੋਲ ਅਧਿਕਾਰ ਹੁੰਦੇ ਕੀ ਆ ਜੀ ਜੀ ਕੋਈ ਅੱਡਾ ਅਧਿਕਾਰ ਨਹੀਂ ਹੁੰਦਾ ਉਹਨਾਂ ਤਾਂ ਆਪਣੀ ਅਲਾਕੇ ਦੀ ਜਿਹੜੀ ਪਰੇਸ਼ਾਨੀਆਂ ਲੋਕਾਂ ਨੇ ਸੁਣਾਈ ਆ ਉਹਨੂੰ ਚੱਕ ਕੇ ਗਾਂਹ ਪਹਚਾਉਣਾ ਅੱਗੇ ਲੈ ਕੇ ਜਾਣਾ ਤੇ ਹਾਂ ਉਹਦੇ ਕੋਈ ਨਹੀਂ ਹੁੰਦੇ ਹੈਗੇ ਸੋ ਇਹ ਸਾਰਾ ਕੁਝ ਤਾਮ ਝਾਮ ਦਾ ਵੀ ਪ੍ਰਭਾਵ ਪੈਂਦਾ ਹੈ ਕੁਝ ਨਵੀਆਂ ਜਦੋਂ ਸਾਡੇ ਕੋਲ ਕੁਰਸੀਆਂ ਆਉਂਦੀ ਨੇ ਉਹਦਾ ਵੀ ਫਰਕ ਪੈਂਦਾ ਹੈ ਪਰ ਹਜੇ ਜੁਮਾ ਜੁਮਾ ਥੋੜੇ ਦਿਨ ਹੋ ਜਾ ਸਰਕਾਰਾਂ ਨੂੰ ਹਜੇ ਦੇਖਣਾ ਪੈਗਾ ਕਿ ਕਿਸ ਤਰ੍ਹਾਂ ਚੱਲਦਾ ਪਰ ਉਹ ਤਾਂ ਭਗਵਾਨ ਤੁਮਾਨੂੰ ਜਦੋਂ ਆਏ ਸੀ ਬਿਆਨ ਦਿੱਤਾ ਸੀ ਇੱਕ ਮਹੀਨੇ ਬਾਅਦ ਤੁਹਾਨੂੰ ਦਿਸਣ ਲੱਗ ਪੂਗਾ ਪਰ ਠੀਕ ਹੈ ਠੀਕ ਹੈ ਆਪਾਂ ਨੂੰ ਹਜੇ ਖੈਰ ਵੇਟ ਕਰਨੀ ਚਾਹੀਦੀ ਆ ਪਰ ਉਹਦਾ ਹਜੇ ਇੱਕ ਮਹੀਨੇ ਬਾਅਦ ਇੰਨਾ ਕੁਝ ਦਿਸ ਨਹੀਂ ਰਿਹਾ ਦਿਲਜੀਤ ਤੁਹਾਨੂੰ ਲੱਗਦਾ ਵੀ ਕੀ ਜਿੱਦਾਂ ਇਹ ਸਿਸਟਮ ਬਦਲਣ ਦੀ ਗੱਲ ਕਰ ਰਹੇ ਸੀ ਕੀ ਵਾਕੇ ਸਿਸਟਮ ਬਦਲ ਪਾਊਗੀ 5 ਸਾਲਾਂ ਦੇ ਜਾਮਾ ਦੇ ਇਹ ਲੋਕਾਂ ਨੂੰ ਐਮਐਲਏ ਤੇ ਮੰਤਰੀਆਂ ਦੇ ਦਵਾਰ ਤੇ ਨਾ ਜਾਣਾ ਪਵੇ ਉਹਨਾਂ ਦੇ ਸਿੱਧੇ ਦਫ਼ਤਰਾਂ ਦੇ ਵਿੱਚ ਕੰਮ ਹੋ ਅਸਲ ਵਿੱਚ ਇੱਥੇ ਹੀ ਆ ਕਿ ਜਿਹੜੇ ਹੁਣ ਹੁਣ ਤੱਕ ਇਹੀ ਆ ਕਿ ਬਿਊਰੋਕ੍ਰੇਟ ਜਿਹੜੇ ਆ ਅਸੀਂ ਹਰ ਵਾਰੀ ਉਂਗਲੀ ਮੈਂ ਬਹੁਤ ਸਾਰੇ ਪ੍ਰੋਗਰਾਮਾਂ ਵਿੱਚ ਪਹਿਲਾਂ ਪਿਛਲੇ ਤੁਸੀਂ ਤਿੰਨ ਚਾਰ ਸਾਲ ਦੇ ਪ੍ਰੋਗਰਾਮ ਵੀ ਚੱਕ ਕੇ ਦੇਖ ਲਓ ਮੈਂ ਇਹ ਗੱਲ ਕਹਿੰਦਾ ਰਿਹਾ ਕਿ ਨੇਤਾਵਾਂ ਦੇ ਨਾਲੋਂ ਬਿਊਰੋਕ੍ਰੇਟ ਜ਼ਿਆਦਾ ਕਰਪਟ ਆ ਜੀ ਬਿਊਰੋਕ੍ਰੇਟ ਹੋਏ ਕੌਣ ਆ ਜ਼ਿਆਦਾਤਰ ਤੁਸੀਂ ਜਿਹੜੇ ਅਹੁਦਿਆਂ ਦੇ ਉੱਤੇ ਪਹੁੰਚੇ ਆ ਉਹਨਾਂ ਦੀਆਂ ਰਿਸ਼ਤੇਦਾਰੀਆਂ ਕੱਢ ਕੇ ਦੇਖ ਲਿਓ ਰਿਸ਼ਤੇਦਾਰੀਆਂ ਉਹਨਾਂ ਦੀਆਂ ਸਾਰਿਆਂ ਦੀਆਂ ਅੰਗਲੀਆਂ ਵਸੰਗਲੀਆਂ ਮੁੱਖ ਮੰਤਰੀਆਂ ਦੇ ਨਾਲ ਮੰਤਰੀਆਂ ਦੇ ਨਾਲ ਪੈਂਦੀਆਂ ਜੀ ਕੋਈ ਆਮ ਬੰਦਾ ਨਹੀਂ ਉੱਥੇ ਤੱਕ ਪਹੁੰਚਿਆ ਬਹੁਤ ਸਾਰੇ ਇਦਾਂ ਦੇ ਬਿਊਰੋਕਰੇਟ ਹੈਗੇ ਆ ਜਿਨ੍ਹਾਂ ਨੂੰ ਸਿੱਧੇ ਹੀ ਉੱਥੇ ਤੱਕ ਪਹੁੰਚਾਇਆ ਗਿਆ ਜੀ ਜਿਹੜੇ ਇੱਕ ਪ੍ਰੋਪਰ ਵੇ ਦੇ ਥਰੂ ਨਹੀਂ ਗਏ ਉਹਨਾਂ ਨੂੰ ਕੋਈ ਨਾ ਕੋਈ ਆਪਣੇ ਖਾਸ ਅਧਿਕਾਰ ਵਰਤ ਕੇ ਕਿਸੇ ਮੰਤਰੀ ਨੇ ਜਾਂ ਮੁੱਖ ਮੰਤਰੀ ਨੇ ਆਪਣੇ ਪਹੁੰਚਾਇਆ ਉੱਥੇ ਕਾਰਨ ਉਹਦਾ ਕੀ ਸੀ ਜਾਂ ਉਹ ਕੋਈ ਚਹੇਤੇ ਦਾ ਕਿਸੇ ਦਾ ਸਿਗਾ ਚਹੇਤਾ ਜਾਂ ਫਿਰ ਉਹ ਆਪਣਾ ਰਿਸ਼ਤੇਦਾਰੀ ਦੇ ਵਿੱਚੋਂ ਸੀ ਹੁਣ ਉਹ ਜਿਹੜੇ ਲੋਕ ਆ ਉਹ ਵਫਾਦਾਰੀਆਂ ਉਹਨਾਂ ਲੋਕਾਂ ਦੇ ਨਾਲ ਨਿਭਾਉਂਦੇ ਸੀ ਇਦਾਂ ਹੀ ਹਰ ਪਾਰਟੀ ਜਿਹੜੀ ਆਪਣੇ ਵਫਾਦਾਰ ਬਿਊਰੋਕਰੇਟ ਰੱਖਦੀ ਸੀ ਆਮ ਆਦੀ ਪਾਰਟੀ ਨੂੰ ਐਸ ਵੇਲੇ ਸਭ ਤੋਂ ਵੱਡਾ ਜਿਹੜੀ ਪ੍ਰੋਬਲਮ ਇਹੀ ਆ ਰਹੀ ਆ ਕਿ ਤੇ ਵਿਸ਼ਵਾਸ ਕਰਨ ਜਿਹਨੂੰ ਵੀ ਬਦਲ ਕੇ ਲਾਉਂਦੇ ਆ ਉਹ ਪਹਿਲੇ ਕੋਈ ਨਾ ਕੋਈ ਲਿੰਕ ਜਾਂ ਆਮ ਆਦੀ ਅਕਾਲੀ ਦਲ ਦੇ ਨਾਲ ਜਾਂ ਕਾਂਗਰਸ ਦੇ ਨਾਲ ਉਹ ਤਾਂ ਹੈ ਹੀ ਆ ਸੁਭਾਵਕ ਆ ਕੋਈ ਵੀ ਇਦਾਂ ਦਾ ਹੈ ਹੀ ਨਹੀਂ ਜਿਹੜਾ ਕਿ ਸੈਂਟਰਲ ਚੱਲੇ ਕਿਉਂਕਿ ਜਿਹੜੇ ਬੰਦੇ ਨਿਊਟਰਲ ਉਸ ਵੇਲੇ ਵੀ ਚੱਲਣ ਦੀ ਕਰਦੇ ਸੀ ਕੋਸ਼ਿਸ਼ ਉਹਨਾਂ ਨੂੰ ਪਹਿਲੇ ਖੁੱਡੇ ਲਾਈਨ ਲਾ ਦਿੰਦੇ ਸੀ ਨਿਊਟਰਲ ਨਹੀਂ ਕੰਮ ਕਰਦੇ ਤੁਹਾਨੂੰ ਜੀ ਉਹਨਾਂ ਨੂੰ ਸਾਈਡ ਲਾਈਨ ਕਰ ਦੇਣਾ ਜਾਂ ਤਰੱਕੀਆਂ ਰੋਕ ਦੇਣੀਆਂ ਖਾਸ ਅਧਿਕਾਰਾਂ ਦੀ ਵੱਧ ਤੋਂ ਵੱਧ ਕੱਲ ਲੈਣੀ ਕੋਈ ਨਾ ਕੋਈ ਉਹਨਾਂ ਨੂੰ ਕੇਸਾਂ ਵਿੱਚ उलझा ਦੇਣਾ ਇਸ ਕਰਕੇ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਇਹ ਹੀ ਆ ਕਿ ਪ੍ਰਸ਼ਾਸਨਿਕ ਸੁਧਾਰ ਕਿੱਦਾਂ ਹੋਣ ਉਹਦੇ ਲਈ ਜ਼ਰੂਰਤ ਆ ਕਿ ਵਧੀਆ ਆਫੀਸਰਸ ਨੂੰ ਚੂਜ਼ ਕੀਤਾ ਜਾਵੇ ਤੇ ਥੱਲੇ ਤੱਕ ਜਿਹੜੇ ਵਰਕਰ ਆ ਥੱਲੇ ਤੱਕ ਜਿਹੜੇ ਅਹੁਦੇ ਆ ਉਹਨਾਂ ਨੂੰ ਦੱਸਿਆ ਜਾਵੇ ਜਿੱਦਾਂ ਦੱਸਿਆ ਕੱਲੇ ਇਹਨਾਂ ਨੂੰ ਹੀ ਨਹੀਂ ਵੀ ਤੁਹਾਡੇ ਸੰਵਿਧਾਨਕ ਕੀ ਆ ਪ੍ਰਾਪਤੀਆਂ ਜਾਂ ਤੁਹਾਡੇ ਅਧਿਕਾਰ ਖੇਤਰ ਕੀ ਆ ਉਹਨਾਂ ਨੂੰ ਵੀ ਦੱਸਿਆ ਜਾਵੇ ਕਿਉਂਕਿ ਹੌਣ ਪਟਵਾ ਦੀਆਂ ਦੀ ਗੱਲ ਚੱਲਦੀ ਆ ਹੁਣ ਪਟਵਾਰੀ ਜਿਹੜਾ ਡੀਸੀ ਜਿੰਨਾ ਦਬਕਾ ਮਾਰ ਜਾਂਦਾ ਜਦ ਕਿ ਹੈ ਕਲਰਕ ਆ ਉਹ ਇਸ ਕਰਕੇ ਫਿਰ ਲੋਕਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਕਿ ਜਿਹੜਾ ਜ਼ਿਫਾਈ ਆ ਉਹ ਤੁਹਾਡਾ ਸੇਵਕ ਆ ਇੱਕ ਜਿਹੜਾ ਐਸਐਚਓ ਉਹ ਤੁਹਾਡਾ ਸੇਵਕ ਆ ਜਿਹੜੇ ਉਹਦੇ ਵਿੱਚ ਲਿਖੇ ਆ ਉਹ ਆਫੀਸਰ ਨਹੀਂ ਹੈਗੇ ਉਹ ਸੇਵਕ ਨੇ ਕਿ ਇਹ ਸੇਵਾ ਲੋਕਾਂ ਦੀ ਸੇਵਾ ਕਰਨ ਲਈ ਆ ਪਹਿਲਾਂ ਤਾਂ ਲੋਕਾਂ ਨੂੰ ਚਾਹੀਦਾ ਕਿ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਕੱਲੇ ਕਲਾਸ ਹੋ ਰਹੇ ਸੇਵਾਦਾਰ ਨਹੀਂ ਹੈਗੇ ਇਹ ਵੀ ਸਾਡੇ ਸੇਵਾਦਾਰ ਇਹ ਅਹੁਦੇ ਦੇ ਵਿੱਚ ਆ ਕਿ ਇਹਨਾਂ ਨੂੰ ਪਛਾਣਿਆ ਜਾਵੇ ਜੀ ਇਹਨਾਂ ਦੇ ਨਾਲ ਬਖੈਦਾ ਤਾਲਮੇਲ ਬਿਠਾਇਆ ਜਾਵੇ ਤੇ ਸਰਕਾਰਾਂ ਦੇ ਉੱਤੇ ਪ੍ਰੈਸ਼ਰ ਬਣਾਇਆ ਜਾਵੇ ਕਿ ਜਿਹੜਾ ਪ੍ਰਸ਼ਾਸਨਿਕ ਹੈਗੀਆਂ ਫੇਰ ਬਦਲੀਆਂ ਇਹਨੂੰ ਪ੍ਰੋਪਰ ਤਰੀਕੇ ਨਾਲ ਕਰਕੇ ਉਹਨਾਂ ਨੂੰ ਫੇਰ ਵਧੀਆ ਤਰੀਕੇ ਦੇ ਨਾਲ ਲਿਆਂਦਾ ਜਾਵੇ ਆਦਰਵਾਇਸ ਇਦਾਂ ਕਰਨਾ ਕੁਝ ਨਹੀਂ ਹੋਣਾ ਕਿਉਂਕਿ ਸਿਸਟਮ ਜਿਹੜਾ ਹੈ ਉਹ ਬਹੁਤ ਜ਼ਿਆਦਾ ਗੰਦਲਾ ਤੇ ਮੈਂ ਇਹ ਵੀ ਬਹੁਤ ਵਧੀਆ ਮੰਨੂਗਾ ਜੇ 50 ਸਾਲਾਂ ਦੇ ਵਿੱਚ 50% ਵੀ ਸੁਧਾਰ ਲਿਆਉਂਦੇ ਆ ਹਮ ਫੇਰ ਵੀ ਬਹੁਤ ਵਧੀਆ ਪਰ ਘੱਟੋ ਘੱਟ ਇਹ ਜਰੂਰ ਮੈਂ ਮੰਨਣ ਨੂੰ ਤਿਆਰ ਹਾਂ ਕਿ ਪੰਚਾਇਤ ਮਹਿਕਮਾ ਹਾਂ ਜੀ ਤੁਸੀਂ ਜਿੱਦਾਂ ਕਿਹਾ ਕਿ ਉਹ ਜਾਂਦੇ ਆ ਛਾਪੇ ਮਾਰਦੇ ਆ ਉਹ ਜਾਂਦੇ ਆ ਪੰਚਾਇਤ ਦੇ ਵਿੱਚ ਸਭ ਤੋਂ ਜ਼ਿਆਦਾ ਕਰਾਪਸ਼ਨ ਹੈ ਪੰਚਾਇਤਾਂ ਦੇ ਵਿੱਚ सरपंचਾਂ ਨੂੰ ਕਿਉਂਕਿ ਵਿਚਾਰੇ ਉਹ ਜਾਣਦੇ ਹੀ ਨਹੀਂ ਹੁੰਦੇ ਆਪਣੇ ਅਧਿਕਾਰਾਂ ਦੇ ਵੀਡੀਓ ਤੇ ਸੈਕਟਰੀ ਨੇ ਇੰਨੇ ਸਰਪੰਚ ਉਲਝਾਏ ਹੁੰਦੇ ਆ ਕਿ ਜਿਹੜੇ ਆਪਣੇ ਜਿਹੜੇ ਕੁਕਾਰਮ ਆ ਉਹ ਸਰਪੰਚ ਦੇ ਸਿਰ ਪਾ ਦੇਣੇ ਆ ਉਹ ਵਿਚਾਰਾ ਸਾਈਨ ਕਰ ਦਿੰਦਾ ਉਹ ਆਪਣੇ ਆਪ ਨੂੰ ਉਹਨਾਂ ਹੱਥੇ ਜੋੜ ਕੇ ਖੜਾ ਜਾਂ ਸਰਪੰਚ ਨੂੰ ਉਹ ਸਰਪੰਚੇ ਜਾਣਦੇ ਹੀ ਨਹੀਂ ਕਿ ਵੀਡੀਓ ਤੇ ਸੈਕਟਰੀ ਦੇ ਨਾਲੋਂ ਜ਼ਿਆਦਾ ਅਧਿਕਾਰ ਮੇਰੇ ਕੋਲ ਹੈ ਪਰ ਉਹਨਾਂ ਨੂੰ ਹੱਥ ਜੋੜ ਕੇ ਤੇ ਇਸ ਤਰੀਕੇ ਦੇ ਨਾਲ ਬਿਠਾ ਦਿੱਤਾ ਗਿਆ ਕਿ ਉਹ ਅਜੇ ਹੁਣ ਜਿਹੜੀ ਹੁਣ ਚੀਜ਼ਾਂ ਚੱਲਣ ਲੱਗ ਗਈਆਂ ਹੁਣ ਇੱਕ ਇੱਕ ਦਿਨੋ ਇੱਕ ਦਿਨ ਚ ਥੋੜੀ ਕਬਜ਼ੇ ਹੋਏ ਆ 50 50 ਸਾਲ ਹੋ ਗਏ ਕਬਜ਼ੇ ਕੀਤੇਆਂ ਨੂੰ ਹਣੇ ਇਹ ਜ਼ਰੂਰ ਹੋਇਆ ਲੋਕੀ ਵੀ ਇਸ ਗੱਲ ਦੇ ਉੱਤੇ ਆਉਣ ਲੱਪੇ ਲੋਕੀ ਆਪ ਪੰਚਾਇਤ ਵਿਭਾਗ ਦੇ ਕੋਲ ਜਾਣ ਲੱਗੇ ਵੀ ਸਾਡੇ ਵੀ ਫਲਾਣੇ ਨੇ ਜ਼ਮੀਨ ਜਬ ਦੱਬੀ ਆ ਫਲਾਣੇ ਨੇ ਐਦਾਂ ਕੀਤਾ ਆ ਇਵਨ ਕਿ ਆਜ ਹੀ ਨਿਯੁਕਤੀਆਂ ਗਲਤ ਪੰਚਾਇਤ ਵੱਲੋਂ ਹੋਈਆਂ ਆ ਲੋਕੀ ਸਵਾਲ ਕਰਨ ਲੱਗੇ 댓 ਮੀਨਸ ਕਿ ਉਹਨਾਂ ਦਾ ਵਿਸ਼ਵਾਸ ਜ਼ਰੂਰ ਬਣਨ ਲੱਗਾ ਇਹ ਇਹ ਇੱਕ ਸ਼ੋਬਸ ਸ਼ਗਨ ਜਿਹੜਾ ਮੈਂ ਮੰਨਦਾ ਜੀ ਜੇ ਜੀ ਆਜ਼ਾਦ ਹੋਵੇ ਤਾਂ ਮੈਨੂੰ 2 ਮਿੰਟ ਚਾਹੀਦੇ ਨੇ ਲਓ ਲੋ ਮਹਾਰਾਜ ਲਓ ਇੱਕ ਦਲਜੀਤ ਜੀ ਨੇ ਸ਼ਬਦ ਵਰਤਿਆ ਸੇਵਾ ਵੈਸੇ ਇਹ ਵਾਲਾ ਜਿਹੜਾ ਸ਼ਬਦ ਨਹੀਂ ਪਤਾ ਸੇਵਾ ਜਿਹੜੀ ਉਸ ਅਫੀਸਰ ਨੇ ਜਾਂ ਉਸ ਅਧਿਕਾਰੀ ਨੇ ਸਰਵਿਸ ਦੇਣੀ ਹੁੰਦੀ ਹੈ ਜਾਂ ਲੋਕਾਂ ਨੂੰ ਸਰਵਰ ਕਰਨਾ ਹੁੰਦਾ ਹੈ ਮੇਰਾ ਸੰਦੇਸ਼ ਇਹ ਇਹ ਹੈ ਮੇਰੀ ਆਪਣੀ ਨਿੱਜੀ ਇਹ ਸੋਚ ਆ ਜਿਹੜਾ ਮੈਂ ਦੇਖਦਾ ਜਾਂ ਰੋਜ਼ ਮਹਿਸੂਸ ਕਰਦਾ ਆ ਜਿਹੜਾ ਸਾਡਾ ਪੰਜਾਬੀ ਕਲਚਰ ਹੈ ਨਾ ਇਹਨੂੰ ਪੰਜਾਬ ਤੱਕ ਹੀ ਸੀਮਾ ਰੱਖੋ ਬਾਕੀ ਰਾਜਾਂ ਦੇ ਨਾਲ ਲੈ ਕੇ ਜਾਓ ਕਿੱਥੇ ਉੱਥੇ ਲਾਗੂ ਨਹੀਂ ਹੁੰਦੀ ਹੈਗੀ ਪੰਜਾਬੀਆਂ ਦੇ ਨਾ ਕਹਿ ਲਓ ਕਿ ਜ਼ਿਹਨ ਦੇ ਵਿੱਚ ਜਾਂ ਉਹਨਾਂ ਦੇ ਦਿਮਾਗਾਂ ਦੇ ਵਿੱਚ ਨਾ ਇੱਕ ਹੋਰ ਤਰ੍ਹਾਂ ਦੀ ਸੇਵਾ ਨਾ ਪਤਾ ਨਹੀਂ ਬਹੁਤ ਸਾਲਾਂ ਤੋਂ ਕਰਾਲ ਗੱਡ ਹੋ ਗਈ ਆ ਉਹ ਸੇਵਾ ਉਹ ਸੇਵਾ ਨਹੀਂ ਹੈਗੀ ਉਹ ਸੇਵਾ ਹੈਗੀ ਆ ਜੀ ਚੰਗਾ ਭਲਾ ਕੰਮ ਇੱਕ ਪ੍ਰੋਸੀਜਰ ਚ ਹੋਣਾ ਹੁੰਦਾ ਆ ਮੰਨ ਲਾ ਕੋਈ ਜਦ ਅੱਜ ਕਰ ਅੱਜ ਕਰ ਕਹਿੰਦੇ ਨੇ ਪਾਸਪੋਰਟ ਦੀ ਇਨਕੁਆਰੀ ਕਰਨਾਂ ਦੇ ਵੀ ਪੈਸੇ ਪੂਰੇ ਨਹੀਂ ਲੈਂਦੇ ਹੈਗੇ ਚੁੱਪਚੀ ਬੀਤੇ ਉਹ ਚੱਲ ਜਾਂਦੇ ਸਾਰਾ ਕੁਝ ਕਰ ਦਿੰਦੇ ਅਸੀਂ ਫੇਰ ਵੀ ਸੇਵਾ ਦੇ ਨਾਮ ਤੇ ਬਾਅਦ ਚ ਜਾ ਕੇ ਕਹਿਣਾ ਹੁੰਦਾ ਨਾਲੇ ਕੋਈ ਗੱਲ ਨਹੀਂ ਜੀ ਸਾਰਾ ਕੁਝ ਠੀਕ ਠਾਕ ਹੋਣਾ ਚਾਹੀਦਾ ਪਰ ਆਪਾਂ ਸੇਵਾ ਥੋੜੀ ਕਰ ਦਾਂਗੇ ਜਾਗਰ ਵੀ ਸਾਨੂੰ ਉਹਨਾਂ ਜਿਹੜੇ ਸਬਰ ਹੀ ਨਹੀਂ ਹੁੰਦਾ ਜਾਂ ਸਾਨੂੰ ਵਿਸ਼ਵਾਸ ਹੀ ਨਹੀਂ ਸਾਨੂੰ ਯਕੀਨੇ ਨਹੀਂ ਹੁੰਦਾ ਕਿ ਜਦੋਂ ਤੱਕ ਅਸੀਂ ਉਹ ਵਾਲੀ ਸੇਵਾ ਵਿੱਚ ਪਾਣੀ ਨਾ ਦਿੰਦੇ ਵੀ ਸਾਡਾ ਕੰਮ ਨਹੀਂ ਪੂਰਾ ਹੋਣਾ ਹੈਗਾ ਵੀ ਉਹ ਚ ਪੂਰਾ ਗੁੜ ਨਹੀਂ ਪੈਣਾ ਹੈਗਾ ਸੋ ਇਸ ਸੇਵਾ ਨੂੰ ਵੀ ਨਾ ਇੱਕ ਦੇ ਠੱਲ ਪਹਿ ਜਾਵੇ ਤੇ ਫਿਰ ਅਸਲੀ ਸੇਵਾ ਮੂਰੇ ਆਉਣੀ ਹੈ ਜੀ ਜੀ ਚਲੋ ਅਖਰ ਉਮੀਦ ਕਰਦੇ ਹਾਂ ਜੀ ਜਿਹੜੇ ਵੀ ਦਰਸ਼ਕ ਸਾਡੇ ਆਏ ਖਬਰਾਂ ਸੁਣ ਰਹੇ ਨੇ ਗੱਲਾਂ ਬਾਤਾਂ ਸੁਣ ਰਹੇ ਨੇ ਉਮੀਦ ਕਰਦੇ ਹਾਂ ਕਿ ਚਲੋ ਸੁਧਾਰ ਹੋਊਗਾ ਇਹ ਸੇਵਾ ਘਟ ਕੀਤੀ ਜਾਵੇ ਔਰ ਜਿੱਦਾਂ ਦਲਜੀਤ ਜੀ ਨੇ ਵੀ ਕਿਹਾ ਕਿ ਤੰਦ ਤੇ ਤਾਣੀ ਬੜੀ ਉਲਝੀ ਹੋਈ ਆ ਖੈਰ ਜੇ 50% ਵੀ ਪੰਜਾਂ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਮਤਲਬ ਇਹ ਤੰਦ ਤੇ ਤਾਣੀ ਜ ਨੂੰ ਸੁਲਝਾ ਲਵੇ ਤੇ ਛਲਾਗਾ ਜੋ ਕਦਮ ਹੋਊਗਾ ਉਹਨਾਂ ਦਾ ਤੇ ਲਸਾੜਾ ਸਾਹਿਬ ਦਲਜੀਤ ਵੀਰ ਜੀ ਤੁਸੀਂ ਦੋਵੇਂ ਭਰਾ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕਸ ਸ਼ੁਕਰੀਆ ਦੋਸਤੋ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਜੇ ਚੰਗਾ ਲੱਗੇ ਤੁਸੀਂ ਇਹਨੂੰ ਸ਼ੇਅਰ ਵੀ ਕਰ ਸਕਦੇ ਹੋ ਤੇ ਬਾਅਦ ਵਿੱਚ ਵੀ ਆਪਣਾ ਕੋਈ ਵੀ ਕਮੈਂਟ ਆਪਣੀ ਟਿੱਪਣੀ ਤੁਸੀਂ ਕਰ ਸਕਦੇ ਹੋ ਤੇ ਹੁਣ ਇਹ ਸੀਗਾ ਅੱਜ ਤੱਕ ਦਾ ਪ੍ਰੋਗਰਾਮ ਤੇ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮਿਲਦੇ ਹਾਂ ਜੀ ਬੁੱਧਵਾਰ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ